ਦੇਖ ਲਓ ਪਣੀ ਮੇਰੇ ਨਾਲ ਨਾਲ ਮੈਂ ਤਾਂ ਤੈਨੂੰ ਵੀ ਨਜ਼ਾਰੇ ਲਿਆ ਕੇ ਦੇਖਲਾ ਹਨਾ ਜਿੱਦਾਂ ਦੀ ਆਈਆਂ ਹਾਂ ਹਾਂ ਇਹ ਤਾਂ ਹੈਗੇ ਪਣੀ ਤੇ ਹੋਰ ਤੇ ਅੱਗੇ ਦੇਖ ਲਾ ਤੂੰ ਸੁੱਕੀ ਪਈ ਸੀ ਜਮਾ ਜਿੱਦ ਮੈਂ ਆਈ ਹੈਗੀ ਤੇ ਹੋਰ ਕਿੱਥੇ ਮੈਂ ਤਾਂ ਕਰ ਕੋਈ ਚੀਜ਼ ਖਾਦੀ ਨਹੀਂ ਸੀ ਤੈਨੂੰ ਕੌਣ ਲਿਆ ਕੇ ਦਿੰਦਾ ਸੀਗਾ ਤੇ ਆ ਜਿੱਦਾਂ ਦੀ ਮਾਏ ਆਈ ਹੈਗੀ ਉਦੋਂ ਦਾ ਵਦਗਾ ਤੈਨੂੰ ਨਾਲ ਤਾਂ ਹੁਣ ਦੇਖ ਕੱਲ ਆਪਾਂ ਸੇਬ ਖਾਦੇ ਆਗੇ ਤੇ ਦੇਖ ਅੱਜ ਆਪਾਂ ਸੰਤਰੇ ਖਾ ਲੇ ਪਾਸੋਂ ਤੈਨੂੰ ਮੈਂ ਦੇਖ ਚੀਕੂ ਮੰਗਾ ਕੇ ਦਿੱਤੇ ਸੀਗੇ ਨਾਲੇ ਮੈਂ ਕਿਹਾ ਚੱਲ ਬਾਹਨੇ ਨਾਲ ਮੈਂ ਖਾ ਲੂੰਗੀ ਤੇ ਨਾਲੇ ਤੂੰ ਖਾ ਲੇਂਗੀ ਹਾਂ ਮੈਂ ਤਾਂ ਨਾ ਕੰਮ ਕਰਕੇ ਬਸ ਰੋਟੀ ਖਾ ਕੇ ਤੇ ਆਪਦਾ ਪਾਂਡੇ ਮਾਇਕੇ ਪਰਾਂ ਹੋ ਕੇ ਪਣ ਬੈ ਜਾਂਦੀ ਸੀ ਪਰਾਂ ਕੇ ਹੁਕਮਾਇਤ ਨਾ ਦੇਖੀ ਨੀ ਕੋਈ ਫਾਇ ਫੋੜ ਲਿਆਉਂਦੇ ਨੇ ਜਾਂ ਕਿਵੇਂ ਨੇ ਉਹ ਤੈਨੂੰ ਕਿੱਥੇ ਪਾਣੀ ਦੱਸਦੇ ਸੀਗੇ ਇਹ ਤਾਂ ਮੇਰੇ ਨਾਲ ਹੀ ਤੇਰਾ ਹੋ ਹੋਣ ਲੱਗ ਗਿਆ ਤੇ ਅੱਜ ਆਪਾਂ ਇਹ ਕਰਾਂਗੇ ਜਾਂ ਪਕੇਲੇ ਕੁਲੇ ਮੰਗਾ ਮੰਗਾ ਚੰਗਾ ਚੱਲ ਤੂੰ ਆਖੀ ਮੈਂ ਕਹੂੰਗੀ ਅੱਜ ਜੱਸਾ ਤੇ ਪਾਰਲੀ ਨਾ ਮੰਡੀ ਗਏ ਹੋਏ ਆਗੇ ਹਾਂ ਤੇ ਮੈਂ ਆਖੂ ਭਾਈ ਅੱਜ ਨਾਲ ਤਾਂ ਸਾਨੂੰ ਕੇਲੇ ਲਿਆ ਜੋ ਤੇ ਨਾਲ ਮੈਂ ਤਾਂ ਨੀ ਚੀਕੂ ਮੰਗਾ ਲਾਂਗਾ ਕੁਸਮਾਗਾ ਆਲੀ ਤੇਰੇ ਅੱਖ ਤੋਂ ਲੈ ਕੇ ਦੇਣਗੇ ਐ ਕਰਾਂਗਾ ਭੈਣੇ ਅੱਜ ਆਪਾਂ 2 ਕਿਲੋ ਨਾ ਚੀਕੂ ਮੰਗਾ ਲਾਂਗਾ ਤੂੰ ਐ ਕਰ ਰਣਦੀਪ ਨੂੰ ਕਹਿ ਦੇ ਆਹੋ ਆਹੋ ਕਹਿ ਦੇ ਰਣਦੀਪ ਨੂੰ ਐ ਕਰਦੇ ਆ ਸੋਡੇ ਵਾਸਤੇ ਪੇਟੀ ਨਾ ਮਗਾ ਕੇ ਦੇ ਦਾਂ ਫਲਾਂ ਦੀ ਕਿਉਂ ਕੁੜਾ ਸੇ ਖਰਚ ਹੋਈ ਆ ਬੋਲਦੀ ਏ ਤੂੰ ਸਹੀ ਹੱਦ ਪਾਰ ਰખી ਏ ਤੂੰ ਤਾਂ ਭੈਣੇ ਜੇ ਸੋ ਰੋਟੀ ਮਿਲ ਜੇ ਸਬਜ਼ੀ ਨਾਲ ਉਹੀ ਬਥੇਰੀ ਆ ਆਹ ਮੈਂ ਅਸੀਂ ਰੋਜ਼ ਦੇ ਫਰੂਟ ਕਿੱਥੋਂ ਲੈ ਕੇ ਦੇਈਏ ਸਾਨੂੰ ਲਾ ਤੇ ਫਰੂਟ ਤੁਸੀਂ ਮੰਡਗੋ ਲੈ ਕੇ ਜਾਂਦੇ ਹੋਰ ਕਿੱਥੋਂ ਲੈ ਕੇ ਜਾਂਦੇ ਹੋ ਹੋਰ ਕਰੇ ਲੱਗਿਆ ਤੇਰੇ ਫਰੂਟ ਮੇਰੀ ਗੱਲ ਸੁਣ ਮਸੀ ਆਉਂਦੇ ਤਾਂ ਮੰਡੀਆਂ ਆ ਉਹ ਵੀ ਮੈਨੂੰ ਪਤਾ ਤੇ ਫਿਰ ਪੈਸੇ ਤਾਂ ਘਰੋਂ ਹੀ ਲੱਗਦੇ ਨੇ ਬੱਥੇ ਰਹਿ ਗਏ ਪੈਸੇ ਐਵੇਂ ਨਾ ਤੂੰ ਐ ਕਰਿਆ ਕਰ ਮੈਨੂੰ ਪਤਾ ਹੀ ਹੈ ਤੇਰੇ ਘਰ ਦਾ ਆਹੋ ਸਾਡੇ ਕੋਲੇ ਤਾਂ ਹੈਗੇ ਨਾ ਤੇਰੇ ਕੋਲੇ ਕੁਝ ਹੈ ਨਹੀਂ ਤੂੰ ਨੰਗਣੀ ਆ ਨਾ ਨੰਗਣੀ ਕਾ ਹੁਣ ਵਗਲਾ ਆਇਆ ਗਿਆ ਤੇ ਭੈਚੀ ਚ ਭਾਲੂ ਗਈ ਹੁਣ ਜਿਹੜਾ ਮੈਂ ਆਈ ਹੈਗੀ ਉਹੋ ਜੀ ਤੁਸੀਂ ਮੇਰੇ ਬੇਬੇ ਲਾ ਰੱਖੀ ਆ ਮੈਂ ਅੰਗਰ ਉਂਗਲ ਲਾ ਕੇ ਲੈ ਅਕ ਬੇਬੇ ਲਾ ਰੱਖੀ ਆਗੀ ਤੇ ਮੈਂ ਸੁਣਾ ਦੇਖ ਲੈ ਮੈਂ ਤਾਂ ਕਦੇ ਪਾਂਡਾ ਨਹੀਂ ਫਰੋੜਿਆ ਸੀ ਕੋਈ ਫਲ ਪਿਆ ਕੇ ਨਹੀਂ ਪਿਆ ਤੇ ਤੁਸੀਂ ਇਕੱਲੇ ਖਾ ਲੈਂਦੇ ਸੀ ਨਾ ਫਿਰ ਹੁਣ ਤੇਰੀ ਮਾਸੀ ਦੇ ਵਹਾਂ ਨਹੀਂ ਆਣ ਤਾਂ ਮੈਂ ਵੀ ਖਾ ਲੈਨੀ ਆ ਨਾ ਨਹੀਂ ਬੇਬੇ ਮੈਂ ਕਹਿੰਦੀ ਆ ਆਪਣੇ ਜੱਟ ਜ਼ਿੰਮੇਦਾਰਾਂ ਦਾ ਰੋਜ਼ ਫਰੂਟ ਖਾ ਕੇ ਟਾਈਮ ਨਹੀਂ ਪਾਸ ਹੁੰਦਾ ਕਰੰਟ ਸੁਆ ਪਿਆ ਹੋਇਆ ਪਰ ਬਈ ਸੁਆ ਪਿਆ ਹੋਇਆ ਬਈ ਸਾਥੋਂ ਨਹੀਂ ਸੁਆ ਇਹ ਜਾ ਲੋਟ ਆਉਂਦਾਗਾ ਹੁਣ ਤੈਨੂੰ ਪਤਾ ਕਬੀਲਦਾਰੀਆਂ ਤਾਂ ਮੱਸਾ ਚੱਲਦੀਆਂ ਨੇ ਆ ਆਪਾਂ ਤਾਂ ਦੁੱਧ ਪਾ ਪਾ ਟਾਈਮ ਪਾਸ ਕਰਦੇ ਆਂਗੇ ਤੂੰ ਤਾਂ ਨਹੀਂ ਲੈ ਕੇ ਦੇਣੀਆਂ ਲੈ ਕੇ ਤਾਂ ਮੇਰੇ ਭਾਂਜੇ ਨਹੀਂ ਦੇਣੀਆਂ ਤੂੰ ਕਿਧਰੋਂ ਨੰਬਰਦਾਰ ਨਹੀਂ ਬਣੀ ਫਿਰਦੀ ਆ ਘਰ ਦੀ ਮਾਸੀ ਲੈ ਕੇ ਤਾਂ ਬਾਂਵਾ ਭਾਂਜੇ ਨੇ ਦੇਣੀਆਂ ਆ ਪੈਸਾ ਤਾਂ ਘਰੋਂ ਹੀ ਲੱਗੂ ਫੇਰ ਉੱਥੇ ਗੱਲ ਆ ਜਾਂਦੀ ਹੈਗੀ ਕੋਈ ਨਹੀਂ ਹੈਗੇ ਮੁੰਡੇ ਕੋਲੇ ਪੈਸਾ ਮੈਨੂੰ ਪਤਾਗਾ ਮੇਰੀ ਗੱਲ ਸੁਣ ਇਹਨੂੰ ਜੱਸਾ ਉੱਥੇ ਰੋਜ਼ ਫੜ ਲਿਆ ਕੇ ਦਿੰਦਾ ਆਹੋ ਮੈਨੂੰ ਪਤਾ ਹੀ ਆ ਜੇ ਜੱਸਾ ਇਹਨੂੰ ਰੋਜ਼ ਫੜ ਲਿਆ ਕੇ ਦਿੰਦਾ ਸੀ ਉੱਥੇ ਫਿਰ ਉਰੇ ਕਾਸਮੂ ਆਈ ਹੈ ਜੀ ਫਿਰ ਮਾਇਆ ਜੀ ਭਾਂ ਮਾਰੀ ਆਈਆਂ ਜੀ ਆਹੋ ਮੇਰੇ ਨਾਲ ਆਈਆਂ ਹਾਂ ਆਹੋ ਮੇਰੇ ਨਾਲ ਆਈਆਂ ਆ ਰਾਰਾ ਸਰ ਦਾ ਹੁੰਦਾ ਪਈ ਸਾਤੋ ਤਾਂ ਨਹੀਂ ਪੂਰਾ ਪੱਟੀ ਦਾ ਮਾਸੀ ਆ ਬੰਨੇ ਤੇਰੇ ਮੂਰੇ ਹੱਥ ਪਈ ਆ ਫਰੂਟ ਨਹੀਂ ਰੋਜ ਤੇ ਆਉਂਦੇ ਆ ਦੇਖ ਲੈ ਇੱਕ ਸੰਤਰਾ ਵੀ ਨਹੀਂ ਛੱਡਿਆ ਸਾਨੂੰ ਤਾਂ ਕੱਲ 2 ਕਿਲੋ ਲੈ ਕੇ ਦਿੱਤੇ ਸੀਗੇ ਤੈਨੂੰ ਤੇ ਫਿਰ ਇਹ ਖਾਣ ਵਾਸਤੇ ਲੈਂਦੇ ਸੀ ਹੋਰ ਦੇਖਣ ਵਾਸਤੇ ਲੈਂਦੇ ਸੀ ਕਿ ਦੇਖੀ ਜਾਇਆ ਕਰ ਪਈ ਚੀਜ਼ ਨੂੰ ਨਾ ਫਿਰ ਤੇਰੇ ਕੰਦੀ ਦੇ ਮੂੰਹ ਲੱਗਿਆ ਖਾਣ ਨੂੰ ਮਾਸੀ ਤੇ ਤੂੰ ਖਾ ਲਿਆ ਕਰ ਤੇਰੇ ਖੜਾ ਸਿਹਤ ਚੋਂ ਫੜ ਦਿਆਂਗਾ ਆ ਹੁਣ ਤੱਕ ਤਾਂ ਫਿਰ ਮੈਂ ਤੇਰੀ ਜੀ ਚਲ ਮਾਸੀ ਆ ਆਹ ਲਾ ਕਹਿਣਾ ਦਾ ਪਹਿਲੇ ਦਿਨ ਪਰੌਣਾ ਦੂਜੇ ਦਿਨ ਤਰੌਣਾ ਤੀਜੇ ਦਿਨ ਦਾਦੇ ਮੰਗਾਉਣਾ ਉਹ ਗੱਲ ਕਰਤੀ ਹੁਣ ਤੂੰ ਤਾਂ ਅੱਛਾ ਸੰਨ ਦਾਦੇ ਮੰਗਾਉਣੇ ਬਲਾਉਣੀ ਹੁਣ ਤੂੰ ਤਾਂ ਤੈਨੂੰ 10 ਦਿਨ ਹੋ ਗਏ ਬੈਠੀ ਨੂੰ ਨਾ ਤੈਨੂੰ ਘਰ ਦੀ ਆ ਨਾ ਬਾਹਰ ਦੀ ਆ ਤੂੰ ਭਾਈ ਆਪਦਾ ਕੰਮ ਕਰ ਲੈ ਜਾ ਕੇ ਤੇ ਮੈਂ ਤਾਂ ਹਜੇ 10 ਦਿਨ ਹੋਰ ਰਹੂੰਗੀ ਮੈਂ ਤਾਂ ਬਾਰੇ ਨਾ ਜਾਂਦਾ ਤਾਂ ਨਹੀਂ ਕਰ ਤਾ ਉੱਥੇ ਰਹੂੰਗਾ ਆਹੋ ਐਂ ਕਰ ਬੇਬੇ ਘਰ ਤੈਦਾ ਉੱਥੇ ਰਹੂਗਾ ਆ ਹੁਣ ਮਾਸੀ ਨੂੰ 10 ਦਿਨ ਹੋ ਗਿਆ ਆਪਣੇ ਏਕ ਕੋਲੇ ਆਈ ਨੂੰ ਤੇ ਐਂ ਕਰ 10 ਦਿਨ ਤੂੰ ਵਗ ਜਾ ਹੁਣ ਇਹਦੇ ਨਾਲ ਕੋਈ ਨਹੀਂ ਫਿਰ ਮੈਂ ਵਗ ਜੂ ਫਿਰ ਮੈਂ ਵਗ ਜੂਗੀ ਮੈਂ ਕੜੇ ਨੂੰ ਵਿਚਾਰੀ ਨੂੰ ਲੈ ਕੇ ਨਹੀਂ ਜਾਂਦੀ ਕਿ ਮੈਂ ਵੀ ਲੈ ਜੂਗੀ ਇਹਨੂੰ ਕੋਈ ਨਹੀਂ ਐ ਮੇਰੇ ਬਾੜਾ ਕਬਰੀ ਦਾ ਹੁੰਦਾਗਾ ਤੇ ਕੋਈ ਕੰਮ ਦਾ ਹੁਣ ਆਏ ਨਹੀਂ ਵੀ ਕੋਈ ਭਾਂਡਾ ਵਾਂ ਦੀਏ ਕੋਈ ਢਿੰਡਾ ਵਾਂ ਦੀਏ ਛੇਕੜ ਨੂੰ ਕੋਈ ਕੱਪੜਿਆਂ ਦੀ ਟਹਿ ਲਾ ਦੀਏ ਢਾਲ ਕੰਮ ਦਾ ਨਹੀਂ ਕਰਦੀਆਂ ਹੈਗੀਆਂ ਕੋਈ ਮਾਤਾ ਇਹ ਨਾਲ ਨਾਲ ਦੁੱਖ ਸੁੱਖ ਕਰਨ ਆਈ ਹੈ ਮੈਂ ਤੇਰੇ ਧੰਦੇ ਕਰਨ ਨਹੀਂ ਧੰਦੇ ਤਾਂ ਮੇਰੇ ਘਰੇ ਬਥੇਰੇ ਆਗੇ ਕਰਨ ਵਾਲੇ ਐਂ ਕਰਦੀਆਂ ਫਿਰ ਮੈਂ ਤਾਂ ਆਪ ਕੱਲ ਨੂੰ ਬੰਡ ਜਾਨੀ ਆ ਪਾਲੀ ਨੂੰ ਪੁੱਛਦੀ ਆ ਦੱਸ ਦੇਣ ਇੱਥੇ ਕਰ ਲਿਓ ਕੰਮ ਧੰਦੇ ਫਿਰ ਲੈ ਕਰ ਜਾਨੀ ਆ ਪਿੰਡਾਂ ਕਿੱਧਰ ਜਾਨੀ ਆ ਤੂੰ ਪਿੰਡ ਦੇ ਸਾਨੂੰ ਕੌਣ ਸੁਭਾਊਗਾ ਆ ਹੁਣ ਆ ਬੈਨੇ ਸੰਤਰਿਆਂ ਦੇ ਫੋਲ ਕ ਇਹਨੂੰ ਚੱਕ ਲਓ ਮੱਖਾਂ ਆ ਬੈਠੀ ਜਾਂਦੀਆਂ ਆਂ ਆਹੋ ਹਾਂ ਤਾਂ ਦਿੰਦਾ ਜੇਕਰ ਨੂੰ ਐ ਨਹੀਂ ਆਏ ਆ ਵੀ ਮੱਖੀਆਂ ਬੈਠੀਆਂ ਜਾਂਦੀਆਂ ਨੇ ਕਿਸੇ ਭਾਂਡੇ ਚ ਪਾ ਦਿਆ ਕਰੋ ਤੇ ਤੂੰ ਕਹਿੰਦਾ ਸਾਨੂੰ ਕੋਈ ਭਾਂਡਾ ਫੜਾਏਗੀ ਮੈਂ ਲੈ ਆਪੇ ਬੋਟੀ ਚ ਪਾ ਦੇ ਆਹੋ ਲੈ ਲੈ ਚੱਕ ਕੰਮ ਕਰਾਂਗੀ ਨਾਲੇ ਤਾਂ ਫਰੂਟ ਕੱਟ ਕੇ ਲਿਆ ਦੇ ਕਰੂੰਗੀ ਨਾਲ ਭਾਂਡਾ ਲਿਆ ਦੇ ਕਰੂੰਗੀ ਚੰਗਾ ਫੇਰ ਹੁਣ ਫਰੂਟ ਤਾਂ ਕੱਟ ਕੇ ਲਿਆ ਕੇ ਦੇਣੀ ਹੈਗੇ ਔਰ ਸੇ ਆਪ ਕਟਾਗਾ ਫਰੂਟ ਮਾਸੀ ਸੱਚੀ ਤੂੰ ਤਾਂ ਨਾ ਜਮੀ ਸੰਗ ਲਾ ਰੱਖੀ ਆ ਰੋਇ ਤਾਂ ਬੋਲਦੇ ਵੀ ਭੜੇ ਲੱਗਦੇ ਆਗੇ ਬੋਲਦੇ ਭੜੇ ਨਿਪਾਸ ਕਰ ਨਹੀਂ ਰਿਸ਼ਤੇਦਾਰਾ ਨਾ ਨਹੀਂ ਐ ਲੱਟਦੇ ਹੁੰਦੇ ਨਿਪਾਣੇ ਤਾਂ ਬੋਲੀ ਖਰਾਬ ਆ ਗਈ ਹਨਾ ਆਹੀਆਂ ਭਣੇ ਤਾਂ ਕਰੋ ਤਾਂ ਹੀ ਤਾਂ ਤੈਨੂੰ ਸਿਖਾਤਾ ਇਹਨੇ ਸਾਰਾ ਦਿਨ ਬੋਲੀ ਜਾਂਦੀ ਆਗੀ ਬੋਲਣ ਦਾ ਤਾਂ ਆਹੀ ਸਵਾਏ ਹਈ ਨਹੀਂ ਤਾਂ ਬੋਲਣ ਬੁਲਣ ਦੀ ਮਤ ਔਰ ਲੈ ਤੈਨੂੰ ਕਰਾਰੇ ਬੋਰ ਦਿੰਦੀ ਆ ਆ ਕੇ ਦੇਖ ਲੈ ਕਰਾਰੇ ਜਿੰਨ ਫਿਰ ਮੈਂ ਕਿਹੜਾ ਕਟਾਂਗੀ ਭਾਈ ਉਦੋਂ ਵੀ ਉਸਰੇ ਆੜੇ ਸੁਣਾਉਣੀ ਇਹਨੂੰ ਚਾਰ ਵਾਦ ਸੁਣਾਇਆ ਕਰ ਮੈਂ ਤਾਂ ਸਰੇ ਵਾਲੇ ਸੁਣਾਉਣੀ ਇਹਨੂੰ ਆ ਮੈਂ ਕਰਦੀ ਮੈਂ ਬੋਲਦੀ ਆ ਤਾਂ ਮੈਂ ਇੱਥੇ ਪਹਿੜੀ ਲੱਗੂੰਗੀ ਵੀ ਜੱਸਾ ਕੀ ਆਖੂਗਾ ਮੇਰੀ ਮਾਸੀ ਹਉ ਕਰਦੀ ਆ ਹੈਨਾ ਤੂੰ ਤਾਂ ਬੋਲ ਹੀ ਨਾ ਤਮਾਈ ਵਾਦ ਅੱਗੇ ਤੱਕੇ ਲੈ ਲੂੰਗੀ ਤੂੰ ਨਾ ਬੋਲਿਆ ਕਰ ਵਿੱਚ ਤੂੰ ਹੀ ਲੈ ਵਸ ਫਿਰ ਬਸ ਮੈਂ ਅੱਗੇ ਤੱਕੇ ਲਊਂਗੀ ਇਹਦੇ ਤੂੰ ਤਾਂ ਬੋਲੀ ਨਾ ਹੀ ਜਾਈ ਨਾ ਹਲੇ ਮੈਂ ਜਾਣਦੀ ਨਹੀਂ ਹਜੇ ਦਸ ਦਿਨ ਜਾਣਦੀ ਨਹੀਂਗੀ ਮੁੰਡਾ ਵਧ ਗਿਆ ਮੁੰਡੇ ਨੇ ਕੰਮ ਧੰਦਾ ਕਰਾਉਂਦਾ ਫਿਰਦਾ ਆਪਾਂ ਦੋਨੇ ਪਣਾ ਦੋਸੋ ਕਰ ਲੈਣਗੇ ਨਾਲ ਮੌਜ ਨਾ ਵਧ ਗਿਆ ਖਾਨਾਂਗਾ ਇਹਨੂੰ ਕੀ ਕਹਿਣਾਗਾ ਤਾਂ ਬੋਲੀ ਜਾਂਦੀ ਹੈਗੀ ਆਹੋ ਬੋਲੀ ਹੈ ਤਾਂ ਸੁਵਾਈ ਬੋਲਣ ਦਾ ਹੀ ਬਣਿਆ ਹੋਇਆ ਇਹੋ ਤੂੰ ਹਟਦੀ ਬੋਲਣੋ ਬੋਲਣ ਤੇ ਕੋਈ ਨਹੀਂ ਚਲ ਆਪਾਂ ਦੋਨੇ ਪਣਾ ਆਪਦਾ ਦੋਸੋ ਕਰਾਂਗੇ ਕਰਾਂਗੇ ਤੇ ਆਇ ਕਹੀ ਨਹੀਂ ਮੈਂ ਤੈਨੂੰ ਆਪਾਂ ਲਿਦਾ ਕੋਈ ਲੈ ਆਉਂਗਾ ਹਨਾ ਆਪਾਂ ਲੈ ਆਵਾਂਗੇ ਲੈ ਆਉਣਗੇ ਘਰ ਮੀਰੇ ਹੋਰ ਇੱਕਦਮ ਇਹਨੂੰ ਲੈ ਜੀ ਕਦਮ ਆ ਤੈਨੂੰ ਲੈ ਜੀ ਮੈਂ ਸਵੇਰੇ ਨਾ ਪੁੱਛਦੀ ਆਂ ਵੀ ਜੇ ਪਰਸਨ ਆ ਗਈ ਹੋਈ ਆਪਾਂ ਦੋਨੇ ਪਣਾ ਇੱਕੋ ਜੀ ਸੂਟ ਲੈ ਕੇ ਆਵਾਂਗੇ। ਬਸ ਕਢਾ ਕੇ ਬਿਲਚਣਾ ਪੋਦੜੀ ਟੱਪ ਜਾਣਾ। ਹਾਂ ਉਧਰ ਹੀ ਟੱਪ ਜਾਾਂਗੇ। ਆਹੋ ਦੋਨੇ ਜਣਾਂ ਨੂੰ ਲੈ ਆਵਾਂਗਾ। ਆਹੋ ਇਹ ਤਾਂ ਕਰਦੀ ਫਿਰਦੀ ਆ। ਕਰਫੀ ਜਾਂਦੇ ਬੈਠੀ ਨੂੰ ਫੜੀ। ਲੈ ਦੇਖ ਲਾ। ਆ ਮਾਸੀ ਨੇ ਵੀ ਬੜਾ ਤਪਾਇਆ। ਪਤਾ ਨਹੀਂ ਕਿੱਦੇ ਜਾਊਗੀ, ਕਿੱਦੇ ਨਾ ਜਾਊਗੀ। ਛਿਲਕੇ ਝੂਠੇ ਉਹ ਵੀ ਤੂੰ ਸੱਟ ਕੇ ਆ। ਖਾਣਾ ਪੀਣਾ ਉਹ ਵੀ ਤੂੰ ਮੰਜੇ ਤੇ ਬੈਠੀ ਨੂੰ ਫੜਾ। ਮੈਂ ਤਾਂ ਐ ਕਹਿੰਨੀ ਆ ਵੀ ਮੰਨੇ ਆ, ਚਲ ਤੂੰ ਭੈਣ ਕੋਲੇ ਆਈਂ ਆ। ਆ ਖਾ ਪੀ ਤਾਂ ਚੱਕ ਕੇ ਸਕਦੀ ਆਂਗੀ। ਕਿੱਥੋਂ ਤਪਾਇਆਗਾ। ਦੇਖ ਲਓ ਭੈਣ ਕਿਵੇਂ ਟੱਪਲੀ ਟਪਾਉਂਦੀ ਜਾਂਦੀ ਹੈ ਹਨ ਆਈ ਐ ਸਵਾ ਬਣ ਰਹੇ ਹਾਂ ਵੀ ਇਹਨੇ ਸੰਤਰਾ ਕਿਉਂ ਖਾ ਲਿਆ ਖਾ ਲਿਆ ਹੋਰ ਫਿਰ ਆਪ ਖਾਣਾ ਸੀ ਇਹ ਆਪ ਖਾਣਾ ਸੀਗਾ ਆਪਾਂ ਨੂੰ ਅੰਦੀ ਕਿਵੇਂ ਤਾਂ ਖਾਂਦੀ ਨਹੀਂਗੀ ਤੇ ਬੜ ਦੀ ਨਿਕਲਦੀ ਤੇ ਖਾਪ ਜਾਂਦੀ ਹੈ ਹੋਰ ਹੁਣ ਇੱਕ ਪਿਆ ਸੀਗਾ ਉਹ ਮੈਂ ਇੱਕ ਚੱਕ ਲਈ ਆਈ ਕਰਦੀ ਹੈ ਹੋ ਟੱਪੀ ਜਾਂਦੇ ਤੇ ਜਦੋਂ ਜੱਸਾ ਬਿਆ ਹੈ ਨਾ ਆਪਣਾ ਤੇ ਆਏ ਨਾ ਵਧੀਆ ਘਰ ਦੀ ਕੁੜੀ ਨਹੀਂ ਵਧੀਆ ਜਿਹੜੀ ਬੋਲਦੀ ਨਾ ਹੋਵੇ ਮਾਲੇ ਕੋਲ ਕ ਲਈ ਮੇਰੇ ਮੂਹਰੇ ਨਾ ਬੋਲੇ ਮੈਂ ਤਾਂ ਪੂਰੀ ਵਦਗਾ ਦੇਖ ਕੇ ਲਉਗੀ ਆ ਤੂੰ ਤਾਂ ਉਹੀ ਗੱਲ ਆਖੇਂਗੀ ਕਹਿੰਦੀ ਆ ਐਡੀ ਅੜਬ ਲੈ ਲਈ ਹੋਰ ਕੀ ਪਤਾ ਸੀ ਕੋਈ ਕੀ ਵਿੱਚ ਵੜਿਆ ਸੀ ਮੈਂ ਤਾਂ ਨਾ ਤੇਰੇ ਥਾਂ ਹੁੰਦੀ ਤੇ ਇਹਨੂੰ ਸਿੱਧੀ ਕਰ ਲੈਂਦੀ ਫਿਰ ਮੈਂ ਰੋਲਦੀ ਨਹੀਂ ਕੀ ਕਰਾਂ ਬੋਲਣ ਦੇ ਘਾਟਾਂ ਚ ਤਾਂ ਤੂੰ ਆਇਆ ਨਾ ਹੋਈ ਪਈਆਂਗੀ ਜਦੋਂ ਬੋਲਦੀ ਨਹੀਂ ਚੁੱਪ ਕਰ ਜਾਣੀ ਆ ਚਾਰ ਸੁਣ ਕੇ ਹਾਂ ਚਾ ਸੁਣ ਕੇ ਕ ਚੁੱਪ ਕਰਦੀ ਹੁੰਨੀ ਆਗੀ ਤੂੰ ਤੂੰ ਸਮਾਏ ਨਾਲ ਤਾਂ ਮੁੰਡੇ ਨੂੰ ਦੱਸਿਆ ਕਰ ਨਾਲੇ ਸਮਾਏ ਨੂੰ ਆਪ ਛਾੜਿਆ ਕਰ ਇਹ ਮੁੰਡੇ ਨੂੰ ਕੀ ਦੱਸਾਂ ਫੇਰਾ ਹੀ ਹੋ ਜਾਂਦਾ ਫਿਰ ਆਪ ਚ ਡੜਨਗੇ ਲੜੀ ਜਾਂਦੇ ਫਾ ਤੈਨੂੰ ਕੋਈ ਡਿੱਕਾਗਾ ਤੂੰ ਆਹ ਦਾ ਮੂਹਲ ਬੈਠ ਕੇ ਪੈ ਜਾ ਕਰ ਤੂੰ ਨਾ ਫਿਰ ਮੈਨੂੰ ਛਡਾਉਣਾ ਕਿ ਪੈਂਦੇ ਨੇ ਜਨ ਰੱਦਦੇ ਆ ਬਾਹਰ ਤੇ ਖੁੱਡੇ ਤੇ ਸਮਾਹੇ ਜੀ ਦੇ ਸਮਾ ਵੇਖਿਆ ਕਰ ਮੂਲ ਕੋਲੇ ਕਰਦੀ ਇਹ ਵੇਖਾ ਫੇਰਾ ਆਖੂ ਬੁੜੀ ਨੇ ਘਟਾਤੀ ਕਹੀ ਜਾਂਦੇ ਤਾਂ ਕਹੀ ਜਾਂਦਾਂ ਹੁੰਦਗਾ ਇਹ ਤਾਂ ਬੁੜੀਆਂ ਨੂੰ ਬਦਲਾਮ ਕਰਦੇ ਹੁੰਦਗਾ ਕਰਦੀਆਂ ਤਾਂ ਹੈਗੀਆਂ ਨੇ ਆਹੋ ਆਏ ਮੈਂ ਨਾ ਡੱਕ ਕੇ ਜੇ ਰਹਾ ਕਰ ਕਰਦੀਆਂ ਤਾਂ ਹੈਗੀਆਂ ਨੇ ਜੇ ਆਏ ਹੁਣ ਜੇ ਮੈਂ ਤੇਰੇ ਵਰਗੀ ਹੁੰਦੀ ਪਹਿੜੀ ਆਹੋ ਆਹੋ ਆ ਮਾਸੀ ਚੰਗੀਆਂ ਅਸੀਂ ਤਾ ਪੜਾਉਣੀ ਆ ਤੂੰ ਹੋਰ ਭਾਈ ਕੀ ਹੈ ਦੱਸ ਤੂੰ ਹੁਣ ਫੋਲਕ ਦੇਖੂ ਚੱਕ ਕੇ ਲੇਗੀ ਤਾਂ ਕਿਵੇਂ ਬੁੜਕਦੀ ਜਾਂਦੀ ਸੀਗੀ ਆਖੇ ਖੁੱਡੇ ਤੇ ਪਿਆ ਕਰਨ ਨਾ ਤੈਨੂੰ ਕੀ ਮਿਲ ਜੂਗਾ ਜੇ ਮੇਰੇ ਪਹਿ ਜਾਣੀ ਆ ਤਾਂ ਫੇਰ ਸਿੱਧੀ ਤਾਂ ਹੋ ਜਾਏਗੀ ਤੂੰ ਹੁਣ ਸੰਤਾਲ ਇੱਕ ਗੱਲ ਨਹੀਂ ਕਰਨ ਦਿੱਤੀਗੀ ਦੋਨੇ ਪਹਿਣਾ ਲੇ ਮੈਂ ਤਾਂ ਸਿੱਧੀ ਆਂਗੀ ਪਰ ਤੂੰ ਆਪਦੀ ਸੋਚ ਨੂੰ ਸਿੱਧੀ ਕਰ ਲੈ ਆ ਜਿਹੜੀ ਮਾੜੀ ਸੋਚ ਰੱਖੀ ਬੈਠੀ ਆ ਤੇ ਮੇਰੀ ਸੋਚ ਨੂੰ ਕੀ ਹੋਇਆ ਭਾਈ ਆਹੋ ਆਖੇ ਤੂੰ ਆਖੇ ਆਰਾਮ ਨਾਲ ਪਹਿ ਜਾ ਕਰ ਮੂੰਹ ਲਪੇਟ ਕੇ ਤੇ ਇਹਦਾ ਕੁੱਟੀ ਜਾਣ ਦੇ ਖੁੱਡਾ ਨਾ ਫੇਰ ਕੱਲ ਨੂੰ ਤੇਰੀ ਨੂੰ ਆਉਗੀ ਐਂ ਕਰਿਆ ਕਰੇਗੀ ਮੇਰੀ ਨੋਨੀ ਅਸਲ ਤੂੰ ਲੋਟ ਕਰਦੀ ਜਿਹੜੇ ਵੜ ਤੂੰ ਕਰਦੀ ਫਿਰ ਜੇ ਮੈਂ ਤਾਂ ਵਦਗਾ ਦੇਖ ਕੇ ਨਹੀਂ ਆਉਂਗੀ ਜੇ ਮੈਂ ਕੇਰਾ ਵੀ ਤੂੰ ਦੇਖੀ ਹੁੰਦੀ ਨਾ ਮੈਂ ਤਾਂ ਪੜਕ ਦੇਣਾ ਜਵਾਬ ਦੇ ਦਿੰਦੀ ਆਹੋ ਆਹੋ ਵਾਹੋ ਮੈਂ ਨਹੀਂ ਸਹਜਣ ਚੁੱਲੇ ਤੇ ਚੜ੍ਹ ਜਾਂਦੀ ਜੇ ਮੈਨੂੰ ਪਤਾ ਹੁੰਦਾ ਨਾ ਵੀ ਸਾਡੀ ਬੇਬੇ ਦੀ ਭੈਣ ਇਹ ਜੀ ਆ ਤਾਂ ਮੈਂ ਵੀ ਕਦੇ ਇੱਥੇ ਵਿਆਹ ਨਾ ਕਰਾਉਂਦੀ ਵੀ ਉਹੋ ਜੀ ਉਹ ਹੋਊਗੀ ਫਿਰ ਵਿਆਹ ਨਾ ਕਰਾਉਂਦੀ ਤੂੰ ਆਪਦੇ ਘਰੇ ਸੀ ਕਿ ਮੈਂ ਆਪਦੇ ਘਰੇ ਸੀ ਤੂੰ ਵਿਆਹ ਇਹ ਕਿਧਰ ਨੂੰ ਗੱਲ ਗਈ ਚੰਗਾ ਮੁੰਜਾ ਪਰਿਆ ਪਿਆ ਕੱਪੜਿਆਂ ਦਾ ਤਾਹਾਂ ਲਾ ਲਓ ਦੋਨੋਂ ਸਾਥੋਂ ਨਹੀਂ ਲੱਗਦੀਆਂ ਪਾਜੀ ਤਾਹਾਂ ਤੂੰ ਆਪਸਾਂ ਆਪਣਾ ਨਾ ਲਓ ਉਹ ਗੱਲਾਂ ਕੀ ਲਾਤਾਂ ਉਸ ਤੋਂ ਗੱਲਾਂ ਕਰੀ ਜਾਂਦੀਆਂ ਦੋਨੇ ਭੈਣਾਂ ਮੈਂ ਤਾਂ ਐ ਕਹਿੰਦੀ ਆ ਮਾਸੀ ਆ ਆ ਤੁਹਾਡੇ ਸ਼ਰੀਕੇ ਵਾਲੇ ਵੀ ਪਤਾ ਨਹੀਂ ਕਹੇ ਜੈਨੇਗੇ ਕੋਈ ਉਹਨਾਂ ਨੇ ਨਹੀਂ ਮਾ ਅਗਰ ਫੋਨ ਕਰਿਆ ਵੀ ਭਾਈ ਤੁਹਾਡੀ ਕਟਕ ਸੁੱਕੀ ਜਾਂਦੀ ਆ ਜਾਂ ਤੁਹਾਡਾ ਕੁਛ ਘਰੇ ਡੁੱਲੀ ਵਿਗਿਆੜੀ ਜਾਂਦਾ ਨਹੀਂ ਸ਼ਰੀਕੇ ਵਾਲਿਆਂ ਨੇ ਕੀ ਲੈਣਾ ਇਹਨਾਂ ਤੋਂ ਇੱਥੇ ਤਾਂ ਨੁੱਤੇ ਦਾ ਇੱਕ ਦਿਨ ਨਹੀਂ ਜਾਇਆ ਜਾਂਦਾ ਘਰ ਛੱਡ ਕੇ ਆ ਲੋਕ ਤਾਂ ਬੇਸ਼ਰਮ ਨੇ ਜਿਹੜੇ 10 10 12 12 ਦਿਨ ਬੈਠੇ ਰਹਿੰਦੇ ਅਸੀਂ ਕਹਤਾਂ ਬੇਸ਼ਰਮਾਂ ਗੇ ਨਹੀਂ ਆਈ ਨਹੀਂ ਕਹਿੰਦੇ ਹੁੰਦੇ ਵੱਡੇ ਨੂੰ ਲੈ ਦੇਖ ਲਓ ਬੋਲਦੀ ਹਾਂ ਬੋਲਦੀ ਮਾਸੀ ਇਹ ਤੇਰੀ ਕਿ ਪੱਕਾ ਗਿਆ ਇਹਨੂੰ ਬੋਲਣ ਦੀ ਤਾਂ ਅਸੀਂ ਤਾਂ ਫਿਰ ਮੈਨੂੰ ਗ ਤੂੰ ਆਏ ਮਾਸੀ ਆਲੀ ਲਿਹਾਜ਼ ਰੱਖ ਵੀ ਮੇਰੀ ਮਾਸੀ ਹੈ ਵੱਡੀ ਹੈ ਮੈਥੋਂ ਮਾਸੀ ਆਲੀ ਕਿਹੜੀ ਲਿਹਾਜ਼ ਕਰਦੀ ਹੈ ਕਿ ਫੱਟਾ ਹੀ ਤਾਂ ਜਿਵੇਂ ਮੈਥੋਂ ਆਈ ਜਾਂਦਾ ਮੈਂ ਬੋਲੀ ਜਾਂਦੀ ਆ ਹਾਂ ਉਹੀ ਗੱਲ ਹੈ ਨਾ ਫਿਰ ਬੋਏਗੀ ਵਾਲਾ ਜਮਈ ਨਹੀਂ ਆਏ ਸੋਚ ਵੀ ਮਾਸੀ ਹੈ ਸਾਡੀ ਵੀ ਆ ਜਾਣਾ ਮੈਂ ਤਾਂ ਹਜੇ 10 ਦਿਨ ਰਹੂਗੀ ਇਹਨੂੰ ਪੂਰੇ ਸਿੱਧੀ ਕਰਕੇ ਜਾਊਂਗੀ ਹਾਂ ਨਹੀਂ ਭੈਣੇ ਮੀਂਹ ਨਾ ਰਹੀਂ ਇਹਦੇ ਮੇਰੇ ਮੂਰੇ ਤੇ ਲਾਪਰਲਾਪਰ ਚੱਲਦੀ ਹੈ ਤੂੰ ਤਾਂ ਇਹਨੂੰ ਜਿਵੇਂ ਸਿੱਧੀ ਕਰਕੇ ਜਾਈ ਹੁਣ ਚੰਗਾ ਦੇਖ ਲੈ ਭੈਣੇ ਕਿ ਲਾਪਰਲਾਪਰ ਬੋਲਦੀ ਸੀਗੀ ਇਹ ਜਿਹੜਾ ਜੂੜਾ ਜਿਹਾ ਇਹ ਖੁੱਲ ਕੇ ਗੱਲ ਚ ਪਿਆ ਫਿਰਦਾ ਇਹਦੇ ਨਹੀਂ ਛੱਡ ਪਰੇ ਆਪਾਂ

ਅੱਜ ਇਹਨਾਂ ਨੂੰ ਮੈਂ ਖਵਾਉਂਗੀ ਇੱਕ ਤਮ ਬਲੰਗਾ ਗੇਟ ਹੀ ਨਹੀਂ ਲਵਾਉਂਗੇ ਪਤਾ ਨਹੀਂ ਕੀ ਇਹਨੂੰ ਮੈਂ ਸਿੱਟ ਕੇ ਜਾਉਂ ਥੱਲੇ ਕੋਰੇ ਕੋਰੇ ਕੋਈ ਢਿੰਦੇ ਨਹੀਂ ਹੈਗਾ ਪਤਾ ਨਹੀਂ ਕਿੱਧਰ ਉਜੜੇ ਨੇ ਇਹ ਨਾਮਾ ਦੇ ਪੁੱਤ ਕਦੇ ਘਰੇ ਖੜੇ ਮੈਨੂੰ ਤਾਂ ਇਹੀ ਚਾਲ ਮਿਲ ਕੇ ਆਵੇਂ ਉਹ ਕਰਦੀ ਵੀ ਦੀ ਕੁੜੀ ਬੈਠੀ ਲੱਗਦੀ ਉਹਦੇ ਕੋਲੇ ਜਾਂਦੇ ਸੱਸਰੀਕਾਲ ਚਾਚਾ ਸੱਸਰੀਕਾਲ ਪੁੱਤ ਹੋਰ ਠੀਕ ਹੈ ਹਾਂ ਠੀਕ ਆ ਵਧੀਆ ਆ ਕਿਵੇਂ ਆਏ ਜੇ ਸੁਝਿਆ ਰਿਆ ਪਿਆ ਮੂੰਜਾ ਇੱਥੇ ਕੈਨੇਡੂ ਹੋ ਗਿਆ ਅੱਛਾ ਅੱਛਾ ਠੀਕ ਹੈ ਇਹ ਕਿੱਧਰ ਭਾਗੇ ਕਿਵੇਂ ਤੂੰ ਕੱਲੀ ਜੀ ਬੈਠੀ ਇੱਥੇ ਉਹ ਬੇਬੇ ਹੋਰੇ ਤਾਂ ਪੂਆ ਕੋਲ ਗਈ ਹੋਇਆ ਥੋੜੀ ਅੱਛਾ ਅੱਛਾ ਇਹ ਨਾ ਕਰ ਦੇ ਟਿਕੇ ਮਾਂ ਦੇ ਪੁੱਤ ਉਹ ਠੀਕ ਆ ਤੂੰ ਹਾਂ ਠੀਕ ਇਹ ਕਿਵੇਂ ਹੋ ਗਿਆ ਕੈਨੇਡੂ ਕਹਦਾਂ ਕਿਤੇ ਹੋਏ ਨੇ ਇਹ ਤਾਂ ਮੇਰੀ ਛੋਟੀ ਭੈਣ ਦੇ ਹੋ ਗਿਆ ਸੀ ਫਿਰ ਮੇਰੇ ਹੋ ਗਿਆ ਅੱਛਾ ਥੋੜਾ ਥੋੜਾ ਪੂਆ ਆ ਹਾਂ ਪੂਆ ਆ ਸੀ ਦਵਾਈ ਦੂਈ ਲੈ ਲਈ ਆ ਦਵਾਈ ਨਾਲ ਤਾਂ ਕਿਹੜਾ ਲੋਟ ਹੁੰਦਾ ਉਹ ਹੋ ਜੂ ਲੋਟ ਐਵੇਂ ਹੁਣ ਨਾਲੇ ਬੁਖਾਰ ਬਖੂਰ ਵੀ ਚੜਦਾ ਚੜਦਾ ਹੋਊਗਾ ਹਾਂ ਚੜ ਜਾਂਦਾ ਬਸ ਇੱਥੇ ਕਿਹੜਾ ਮਾਰ ਜਾਨੀ ਆ ਅੱਛਾ ਹੂੰ ਠੀਕ ਆ ਠੀਕ ਆ ਤੈਨੂੰ ਸਮਾ ਕੇ ਘਰ ਹੈ ਨਾ ਉਹ ਚਾਚੇ ਨੇ ਆਖਿਆ ਸੀ ਵੀ ਟੈਂਕੀ ਖਾਲੀ ਹੋ ਗਈ ਹੋਣੀ ਪਾਣੀ ਭਰੇ ਆਹੋ ਆਹੋ ਠੀਕ ਆ ਹੂੰ ਚਲ ਦੇਖਦੇ ਆ ਫਿਰ ਉੱਥੇ ਜਾ ਕੇ ਉਹਨਾਂ ਕੋਲੇ ਜਾਂ ਬਗ ਚੱਲਦੇ ਆ ਹੁਣ ਇਹ ਤਾਂ ਨਹੀਂ ਖੜਦੇ ਘਰੇ ਚੰਗਾ ਫਿਰ ਚੰਗਾ ਤੂੰ ਵੀ ਇੱਥੇ ਕੱਲੀ ਜੀ ਕੀ ਕਰਦੀ ਆ ਬੈਠੀ ਵਗ ਜਾ ਕਰੇ ਬਸ ਉਹ ਟੈਂਕੀ ਭਰ ਗਈ ਜਦੋਂ ਮੈਂ ਵੀ ਜਾਉਂ ਹਾਂ ਕੋਈ ਨਾ ਇੰਨਾ ਤਾਂ ਨਹੀਂ ਲੋਟ ਆਉਂਦਾ ਹਾਂ ਇਹ ਤਾਂ ਪਤਾ ਨਹੀਂ ਉਹ ਰੋਜ਼ ਨਿਕਲੇ ਰਹਿੰਦੇ ਨੇ ਕਿ ਆਹ ਪਹੀ ਦਾ ਕੀ ਹਾਲ ਹੋਇਆ ਇੱਕ ਕਾਲੀਆਂ ਪੀਤਾਂ 'ਚ ਬੈਠਾ ਮਸਾ ਆਇਆ ਸੀ ਕਿੱਥੇ ਪਾਇਆ ਉਜੜੀਆਂ ਗੱਲਾਂ 'ਚ ਹੱਥ ਗੱਲਾਂ ਕੋਈ ਇਹ ਆਹ ਉਹਦਾ ਰਾਹ ਦੇਖ ਲੈ ਢਿੱਨ ਕੰਮੇ ਬੰਦੇ ਹੋਰ ਕਿਤੇ ਜਾਣ ਦੀ ਰਹਿੰਦੀ ਐ ਨਹੀਂ ਵੀ ਆਪਦਾ ਘਰ ਦਾ ਕਰ ਲਈ ਕੋਸ ਕਣਕ ਪੀਲੀ ਹੋਈ ਪੀ ਹੈਗੀ ਦੇਖ ਸਾਰੀ ਕਣਕ ਜਮਾ ਹੁਣ ਬੱਲੀਆਂ ਤੇ ਆਈ ਖੜੀਆਂ ਇਹਨਾਂ ਨੂੰ ਐ ਨਹੀਂ ਵੀ ਪਾਣੀ ਲਾ ਦੀ ਚੱਲ ਜਾਨਾ ਉੱਥੇ ਕਰਦਾ ਬੱਤ ਉਹਨਾਂ ਨੂੰ ਜਾ ਕੇ ਇੱਕ ਤਾਂ ਇੱਥੇ ਬੱਸ ਵੀ ਨਹੀਂ ਆਉਂਦੀ ਸੜਾਜ ਅੱਡਾ ਸੜੇ ਜੇ ਪਿੰਡ ਨੇ ਹੋਰੀ ਬਰਾਨੀ ਜੇ ਘੰਟਾ ਹੋ ਗਿਆ ਬੜਾ ਔਖਾ ਯਾਰ ਮਸਾਂ ਤਾਂ ਆਏ ਸੀਗੇ ਇੱਕ ਇਹ ਨਹੀਂ ਘਰੇ ਮੇਲੇ ਆਪਾਂ ਤਾਂ ਚੱਲ گاਉਂ ਦੇ ਮਾਰੇ ਆਉਣੇ ਆ ਵੀ ਚੱਲ ਭੂਆ ਕੋਲੇ ਜਾ ਕੇ ਆਉਣੇਗੇ ਇਹ ਨਹੀਂ ਹੋਉਂਦੇ ਆ ਆ ਗਈ ਬੱਸ ਉਹ ਚੱਲ ਚੱਲ ਬੱਸ ਵੀ ਹੁਣ ਤਾਂ ਬਾਲਾ ਟਾਈਮ ਨਹੀਂ ਲਾਇਆ ਨਹੀਂ ਤਾਂ ਇੱਥੇ ਦੋ ਦੋ ਘੰਟੇ ਖੜਨਾ ਪਿਆ ਜਾਂਦਾ ਚੱਲ ਜਾਂਦੇ ਆ ਘਰੇ ਈ ਕਹਿੰਦੇ ਆ ਇਹ। ਉਹ ਕਰਦੇ ਨੇ ਸਾਰੇ। ਤਾ ਦੇਖ ਲਾ ਸਿਖਰ ਦੁਪਹਿਰਾ ਹੋ ਗਿਆ। ਆ ਪੀ ਪੀ ਕੇ ਨਾ ਗਲਾਸ ਆਏ ਨਹੀਂ ਵੀ ਫਿਰ ਓਕ ਨਾਲ ਪਾਣੀ ਪੀ ਲਿਆ ਸਿੱਧਾ ਮੂੰਹ ਨੂੰ ਲਾਇਆ ਸ਼ੰਕ ਚ ਠੋਕਿਆ। ਮੂੰਹ ਨੂੰ ਲਾਇਆ ਸ਼ੰਕ ਚ ਠੋਕਿਆ। ਆ ਦੇਖ ਲਾ ਮੇਰੇ ਪਿਓ ਨੇ ਵੀ ਨਾ ਰਿਸ਼ਤਾ ਪਾਲਣ ਵੇਲੇ ਕੁਝ ਨਹੀਂ ਦੇਖਿਆ ਹੈਗਾ। ਆਏ ਨਹੀਂ ਵੀ ਤਿੰਨ ਮਾਸੀਆਂ ਨੇ ਗੀਆਂ, ਤਿੰਨ ਭਵਾਨੇ। ਵੀ ਦੱਸ ਸਾਡੀ ਕੁੜੀ ਇੰਨਾ ਕੰਮ ਕਿੱਥੋਂ ਕਰ ਲੂਗੀ। ਚਲ ਇੱਕ ਗੱਲ ਤਾਂ ਹੈਗੀ ਆ। ਅਪੂ ਆਦਾ ਤਾਂ ਇੰਨਾ ਦੁੱਖ ਨਹੀਂ ਉਹ ਤਾਂ ਵਿਚਾਰੀਆਂ ਕਦੇ ਆਉਂਦੀਆਂ ਨੇ ਕੱਦੀ ਰਾਤ ਆ ਮਾਸੀਆਂ ਨਾ ਜਿਹੜੀ ਕੱਲੀ ਇਹੀ ਵਾਲੀ ਤਾਂ ਪਾਉਂਦੀ ਆ ਇੱਕ ਤਾਂ ਦਾ ਨਾ ਸੁਖਪਾਲ ਆ ਉੱਤੋਂ ਇਹ ਦੂਜਿਆਂ ਦਾ ਘਰ ਦੀ ਬੁਰਾ ਹਾਲ ਐ ਤਪਾ ਰੱਖਿਆ ਇਹਨੇ ਮੈਨੂੰ ਤਾਂ ਨਾ ਜ਼ਮੀਨ ਲੈ ਲਿਆ ਆ ਉਹੋ ਜੀ ਬੇਬੇ ਨਾਲ ਰਲ ਚੁਗੀਆ ਕੋਈ ਨਾ ਵਗ ਜਾਣ ਦੇ ਇਹਨੂੰ ਬੇਬੇ ਨੂੰ ਤਾਂ ਨਾ ਮੈਂ ਮੰਗਰੋ ਪੁੱਛੂੰਗੀ ਵੀ ਐਂ ਕਰਦੇ ਹੁੰਦੇ ਨੇਗੇ ਮੌਜਾਂ ਨਾ ਖਾ ਲੈਣੀਆਂ ਪੀ ਲੈਣੀਆਂ ਢੱਡ ਤੇ ਹੱਥ ਮਾਰ ਲੈਣੀਆਂ ਪੈ ਜਾਣਗੀਆਂ ਆਹਲੇ ਮਸ਼ੀਨ ਭਰੀ ਪਈਆ ਕੱਪੜਿਆਂ ਦੀ ਸਾਰਾ ਦਿਨ ਮੈਂ ਕਿਹੜਾ ਕੋਈ ਕੰਮ ਕਰਨ ਵਾਲੀ ਮਸ਼ੀਨ ਹੈਗੀ ਵੀ ਸਾਰਾ ਦਿਨ ਚੱਲੀ ਜਾਊਗੀ ਵੀ ਮੇਰੇ 'ਚ ਵੀ ਜਾਨ ਹੈ ਖਾਣ ਨੂੰ ਹੋਵੇ ਇਹਨਾਂ ਨੂੰ ਕਦੇ ਖੀਰ ਕਦੇ ਪ੍ਰਸ਼ਾਦ ਕਦੇ ਕਾਸਟਰਡ ਤੇ ਚੰਗੇ ਹੋਣ ਫਰੂਟ ਇੱਕ ਉਹ ਆ ਨਾ ਉਹ ਬਾਰਾ ਸਾਰਾ ਲੈਵੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਮੁੜ ਕੇ ਹੋ ਨਹੀਂ ਘਰੇ ਬੋਰ ਦਾ ਹੈਗਾ ਮਾਸੀ ਦੇ ਨਾਲ ਨਾਲ ਕੋਣ ਉਹਨੇ ਵੀ ਕੰਮ ਛੱਡ ਰੱਖਿਆ ਆ ਸਾਰੇ ਜੀਆਂ ਨੇ ਰਲ ਕੇ ਤਪਾ ਲਿਆ ਮੈਨੂੰ ਤਾਂ ਦੱਸ ਮੈਂ ਕੀ ਕਰਾਂ ਲੈ ਦੇਖ ਲੈ ਤੜਕੇ ਦਾ ਗਿਆ ਉਹ ਆਏ ਨਹੀਂ ਮੈਂ ਆ ਕੇ ਘਰੇ ਕੋਈ ਖਬਰਸਾਰ ਲੈ ਲਾ ਮੈਂ ਤਾਂ ਆਪਦੇ ਪਿਓ ਨੂੰ ਗਾਲਾਂ ਦਿੰਦੀ ਆ ਇਹਨਾਂ ਤੋਂ ਤਾਂ ਮੈਂ ਇਹਨਾਂ ਨੂੰ ਤਾਂ ਮੈਂ ਕੀ ਕਹਾਂ ਜਿਨੇ ਮੈਂ ਇੱਥੇ ਪਸਾਈਆਂ ਸੱਚੀ ਮੈਂ ਤਾਂ ਬਾਲੀ ਬੁਰੀ ਫਸ ਗਈ ਆ ਹੁਣ ਕੌਣ ਆ ਗਿਆ ਸੰਦੀਪ ਹੈ ਹਾਂ ਸਸਰੀ ਘਰ ਪੱਪੀ ਸਸਰੀ ਘਰ ਬਈ ਹੋ ਠੀਕ ਹੋ ਹਾਂ ਠੀਕ ਆ ਬਈ ਚਲ ਬਹਿ ਜਾ ਅੰਦਰ ਮੈਂ ਆ ਗਈ ਭਾਂਡੇ ਧੋ ਕੇ ਠੀਕ ਆ ਠੀਕ ਆ ਉਧਰ ਪੂਆ ਕੇ ਉਹ ਵੀ ਇੱਥੇ ਆਏ ਫਿਰਦੇ ਨੇ ਹਾਂ ਬਾਈ ਪੁੱਛੀ ਨਾ 10 ਦਿਨ ਹੋ ਗਏ ਉਹਨਾਂ ਨੂੰ ਤਾਂ ਆਇਆ ਨੂੰ ਲੈ ਉਹ ਕੱਢ ਅੱਜ ਕੱਲ ਦੇ ਆਏ ਨੇ ਹੂੰ ਹੂੰ ਹੋਰ ਮੈਂ ਤਾਂ ਆਪ ਉਹਨਾਂ ਨੂੰ ਕਹਿ ਕੇ ਆਇਆ ਮੈਂ ਘਰ ਹੀ ਨਹੀਂ ਵੜਦੇ ਕਿਸੇ ਵੇਲੇ ਉੱਥੇ ਜਵਾਕਰੀ ਬਿਠਿਆ ਰੱਖੀ ਆ ਉਹਦੀ ਹਰਦੀਪ ਦੀ ਪਹਿਲਾਂ ਤੁਸੀਂ ਉੱਥੇ ਜਾ ਕੇ ਆਏ ਹੋ ਮਾਸੀ ਕੋਲੇ ਹਾਂ ਉਧਰ ਜਾ ਕੇ ਆਇਆ ਮੈਂ ਤਾਂ ਹਾਂ ਮੈਂ ਤਾਂ ਉਧਰ ਹੀ ਆਇਆ ਸੀਗਾ ਅੱਛਾ ਅੱਛਾ ਹਾਂ ਚਲ ਬਹਿ ਜਾ ਮੈਂ ਲਿਆਉਣੀ ਆ ਪਾਣੀ ਬੱਸ ਹੁਣ ਕ ਵੀ ਸੁੱਕੀ ਜਾਂਦੀ ਆ ਉਹਨਾਂ ਦੀ ਚਲ ਪਾਈ ਹੁਣ ਮੈਂ ਤਾਂ ਕੀ ਕਹਾਂ ਮੈਂ ਤਾਂ ਬਥੇਰਾ ਜ਼ੋਰ ਲਾ ਲਿਆ ਹੁਣ ਤੂੰ ਕਹੀਂ ਉਹਨਾਂ ਨੂੰ ਕੁਛ ਚਲ ਦੇਖਦੇ ਆ ਕਰਦੇ ਆ ਗੱਲ ਉਹਨਾਂ ਨੂੰ ਚਲ ਮੈਂ ਆ ਗਈ ਆ ਚਾਰ ਭਾਂਡੇ ਧੋ ਕੇ ਲੈ ਅੱਗੇ ਥੋੜਾ ਸੀ ਆ ਇੱਕ ਹੋਰ ਆ ਕੇ ਰੋਡਾ ਲੱਗ ਗਿਆ ਆ ਜਿਹੜੇ ਰਹਿੰਦੇ ਸੀ ਦੋ ਚਾਰ ਉਹ ਵੀ ਆ ਜਾਂਦੇ ਹੁਣ ਉਹ ਕਾਤੋਂ ਰਹੇ ਨੇਗੇ ਹੈਗੀ ਆ ਰੰਦੀਪ ਇੱਥੇ ਖਾ ਖਵਾਉਣ ਤੇ ਆਉਣ ਵਾਲੀ ਪਤਾ ਨਹੀਂ ਕਿੱਧਰ ਗਏ ਨੇ ਸਾਰੇ ਇਕੱਲੀ ਭਾਬੀ ਦਿਖਦੀ ਐ ਇੱਥੇ ਵੀ ਕੋਈ ਨਹੀਂ ਨਾ ਸੰਦੀਪ ਹਾਂ ਭਾਬੀ ਆ ਲੈ ਵੀਰੇ ਪਾਣੀ ਪੀ ਲਾ ਓਹ ਕਿੱਧਰ ਪਾ ਕੇ ਸਾਰੇ ਉਹ ਤਾਂ ਵੀਰੇ ਜੱਸਾ ਤੇ ਪਾਲੀ ਤਾਂ ਮੋੜ ਗਏ ਆ ਅੱਛਾ ਅੱਛਾ ਤੇ ਬੇਬੇ ਹੋਰ ਅੰਦਰ ਸੁੱਤੀਆਂ ਪਈਆਂ ਨਾਲੇ ਮਾਸੀ ਪਈਆਂ ਪਈਆਂ ਟਾਈਮ ਆ ਦਿਨ ਨੇ ਆ ਸੌਣ ਦੇ ਹਲੇ ਤਾਂ ਦਿਨ ਹੀ ਨਹੀਂ ਪੱਡੇ ਹੋਏ ਬਈ ਫਿਰ ਉਹਨਾਂ ਨੇ ਕਿਹਾ ਕੋਈ ਕੰਮ ਕਰਨਾ ਸੋਣਾ ਹੀ ਆ ਹੁਣ ਹਾਂ ਐਂ ਕੋਈ ਗੱਲ ਬਣਦੀ ਹੁੰਦੀ ਐ ਲੈ ਤੈਨੂੰ ਨਹੀਂ ਪਤਾ ਭਰਾਵਾ ਤੇਰੇ ਭਾਦ ਹੀ ਨਹੀਂ ਗੱਲ ਬਣਦੀ ਉਹਨਾਂ ਭਾਦੀ ਤਾਂ ਨਜ਼ਾਰੇ ਨੇ ਜੱਸਾ ਵੀ ਆਇਆ ਬੈਠਾ ਹੈ ਆਹੋ 10 ਦਿਨ ਹੋ ਗਏ ਮੈਂ ਤਾਂ ਸਾਰਾ ਕੁਝ ਹੋਇਆ ਪਹਿਲ ਘਰ ਕਿਵੇਂ ਸਾਰਾ ਸੰਭਰਨ ਸੋਹਰਣਾ ਆਣਾ ਹੋਇਆ ਪਿਆਗਾ ਕਣਕ ਪੀਲੀ ਹੋਈ ਪਈ ਹੈਗੀ ਚੱਲ ਭਰਾਵਾ ਫਿਰ ਹੁਣ ਅਸੀਂ ਤਾਂ ਕੀ ਕਹਿ ਸਕਦੇ ਆ ਤੇ ਹੋਰ ਦੱਸ ਮਾਮਾ ਮਾਮੀ ਕਰੇ ਸਾਰੇ ਠੀਕ ਸੀ ਹਾਂ ਵਧੀਆ ਸਾਰੇ ਵਧੀਆ ਬਾਬੀ ਅੱਛਾ ਹਾਂ ਕੋਈ ਨਾ ਇਹਨਾਂ ਨੂੰ ਵੀ ਕਰਦਾ ਲੋਟ ਮੈਂ ਗੱਲ ਹੈ ਕੋਈ ਕਰਦਾ ਤਾਂ ਆਪਦੇ ਤਾਂ ਲੋਟ ਨਹੀਂ ਆਉਂਦਾ ਇੱਥੇ ਆ ਕੇ ਬੈਠੇ ਨੇ ਕਿੱਦੇ ਅੱਛਾ ਚੱਲ ਭਰਾਵਾ ਆ ਜੇ ਤੂੰ ਲੋਟ ਕਰ ਦੇ ਫਿਰ ਤਾਂ ਕਾਹਦੀਆਂ ਗੱਲਾਂ ਨੇ ਗਈਆਂ ਉਹੀ ਤਾਂ ਗੱਲ ਆ ਗਈ ਕਰਦਾ ਆਪਦੇ ਘਰ ਦਾ ਖਿਆਲ ਨਹੀਂ ਹੈਗਾ ਦੂਜੇ ਦੇ ਆ ਕੇ ਬੈਠਿਆ ਹੈ ਕਿ ਐ ਥੋੜੀ ਹੁੰਦਾਗਾ ਵੀ ਆਪਦਾ ਘਰ ਦਾ ਉਹ ਵੀ ਦਸੀਸਾਂ ਦਿੰਦਾ ਘਰ ਵੀ ਆਪਦਾ ਉਹੀ ਤਾਂ ਗੱਲ ਆ ਭਰਾਵਾ ਉਹ ਤਾਂ ਜਮਾ ਉਜੜਿਆਂ ਵਰਗਾ ਹੋ ਰਿਹਾ ਹੋਊਗਾ 10 ਦਿਨ ਹੋ ਗਏ ਜਦੋਂ ਹਾਂ ਬੋਲ ਦੇ ਉੱਥੇ ਤਾਂ ਹਾਂ ਤੇ ਕੋਈ ਇੱਕ ਵਿਚਾਰੀ ਜਵਾਕੜੀ ਜੀ ਬੈਠੀ ਸੀਗੀ ਅੱਛਾ ਹਾਂ ਤੜਕੇ ਫੋਨ ਕਰੀ ਜਾਂਦੇ ਸੀ ਫਿਰ ਉਹ ਜਵਾਕੜੀ ਵੀ ਤਾਂ ਗਈ ਹੋਣੀ ਹਾਂ ਛੱਤ ਖਰਾਬ ਹੁੰਦੀ ਹੋਊ ਫਿਰ ਪਾਣੀ ਡੁੱਲ ਡੁੱਲਾ ਹੁੰਦਾ ਹੀ ਹੋ ਉਸ ਤਾਂ ਜਦੋਂ ਆਲੋਪ ਤਾਂ ਦੇਖਣਾ ਨਹੀਂ ਕੁਝ ਜ਼ੋਰ ਨਹੀਂ ਕਰਨੀ ਚੱਲ ਠੀਕ ਐ ਸੰਦੀਪ ਮੈਂ ਤਾਂ ਆ ਬਣਾ ਕੇ ਲੈ ਆਉਣੀ ਆ ਤੇਰੇ ਵਾਸਤੇ ਠੀਕ ਐ ਬਾਬਾ ਉਹ ਬਾਗਜਾ ਦੇ ਅੰਦਰ ਜਾਣਾ ਸੁੱਤੀਆਂ ਪਈਆਂ ਨੇ ਕੋਈ ਨਾ ਮੈਂ ਵੀ ਜਾ ਕੇ ਆਉਣਾ ਉਹਨਾਂ ਕੋਲ ਠੀਕ ਆ ਲੱਾ ਆਪਾਂ ਯਾਲੇ ਟੀਆਂ ਦਾ ਘੋੜੇ ਮਰੀ ਜਾਂਦੀਆਂ ਮੱਛ ਮੰਗੂ ਲਿੱਤੀਆਂ ਪਈਆਂ ਲੱਾ ਦੇ ਫਤਲ ਆ ਉਹ ਦੇਖ ਪੂਆ ਕਿਵੇਂ ਚੱਲਦੀ ਆ ਪੂਆ ਹੋਰ ਪੂਆ ਤਕੜੀਆਂ ਹਾਂ ਸੰਦੀਪ ਆ ਗਿਆ ਹਾਂ ਕੀ ਕਰ ਪਈ ਆ ਦੇਖ ਲੈ ਪੂਆ ਜਾ ਮਾ ਜਾ ਡੇਠਾੜੀ ਬਣਾਈ ਪਈ ਆ ਉੱਠ ਸਰ ਸੰਦੀਪ ਆ ਗਿਆ ਹੋ ਠੀਕ ਆ ਪੂਆ ਹਾਂ ਬਈ ਠੀਕ ਆ ਸੰਦੀਪ ਆ ਗਿਆ ਆਏ ਕਿਵੇਂ ਘਰਾੜੇ ਮਾਰੀ ਜਾਂਦੀਆਂ ਹੁਣੀ ਵੇ ਪਤਖ ਜੀ ਲੱਗ ਗਈ ਸੀ ਇੱਧਰ ਆ ਜਾ ਲੁੱਟ ਕੇ ਵੇ ਜਾ ਪੁੱਤ ਵੇ ਤਾਂ ਮੈਂ ਜਾਣਾ ਤੁਸੀਂ ਤਾਂ ਹੁਣੀ ਜੇਠਾੜ ਬਣਾ ਰੱਖੇ ਨੇ ਵੇ ਹੋਰ ਭਾਈ ਹੈਂ ਹੋਰ ਬੱਸ ਅਸੀਂ ਉੱਧਰ ਉੱਠ ਕੇ ਜੇ ਆ ਗਿਆਂ ਤੇ ਮੈਂ ਕਿਹਾ ਚੱਲ ਬੂਆ ਕਿੱਧਰ ਗਈਆਂ ਇੱਥੇ ਮੈਂ ਤਾਂ ਹੋ ਗਿਆ ਭਾਈ 10 ਦਿਨਾਂ ਦਾ ਨੇੜ ਆਈ ਨੂੰ ਲੈ ਇੰਨੇ ਦਿਨਾਂ ਹੋਰ ਭਾਈ ਮੈਂ ਕਿਹਾ ਚੱਲ ਮੇਲਿਆ ਮਾ ਭੈਣ ਨੂੰ ਇੰਨੇ ਦਿਨ ਥੋੜੀ ਮਿਲਦੇ ਹੁੰਦੇ ਨੇ ਫਿਰ ਇੱਕ ਅੱਧਾ ਦਿਨ ਹੁੰਦਾ ਚਲ ਕੋਈ ਨਹੀਂ ਭਾਈ ਮੇਰੇ ਜੀਜਾ ਲੱਗਿਆ ਸੀ ਭਾਣ ਨਾ ਗੱਲੀ ਬਾਤ ਤੇ ਸਾਡੀ ਰਾਤ ਨਿਕਲ ਗਈ ਉਹ ਕਰਦਾ ਵੀ ਬੁਰਾ ਹਾਲ ਹੋਇਆ ਪਿਆਗਾ ਕੋਈ ਨਹੀਂ ਭਾਈ ਘਰ ਨੂੰ ਕੀ ਹੈਗਾ ਕੋਈ ਪਸੂ ਨਹੀਂ ਪਸਾਰਾ ਨਹੀਂ ਚੱਲ ਮੁਹਾਮਾਪਤ ਮੇਰਾ ਪਸੂ ਪਸਾਰਾ ਤਾਂ ਹੈ ਨਹੀਂ ਉਹ ਦਸੀਸਾਂ ਦਿੰਦਾ ਉਹ ਵੀ ਘਰ ਖਾਲੀ ਪੈ ਜਾਵਾ ਸੁੰਭਰ ਸੋਰਨ ਕੰਨੀਓ ਉਧਰੋਂ ਕਣਕ ਪਾਣੀ ਵੰਡ ਜਾਂਦੀ ਆ ਕੋਈ ਨਹੀਂ ਮੇਰਾ ਵੀ ਧੀ ਲੱਗਿਆ ਇਹਦੇ ਨਾਲ ਜਾੜਦਣਾ ਜੀ ਜੀ ਦਾ ਪੂਆ ਠੀਕ ਆ ਗੱਲ ਉਹ ਵੀ ਤੇਰੀ ਗੱਲ ਮੈਂ ਸਮਝਦਾ ਜੀ ਤਾਂ ਲੱਗ ਗਈ ਜਾਂਦਾ ਰੇਖ ਥਾਂ ਤੇ ਗੱਲ ਤਾਂ ਹੈ ਵੀ ਘਰ ਦਾ ਬੁਰਾ ਹਾਲ ਹੋਇਆ ਪੈਣਾ ਦੇ ਦਾ ਇੱਥੇ ਕਮਾਂਡੀਆਂ ਨੂੰ ਕਹਿ ਕੇ ਆਏ ਆ ਉਹ ਕਹਿ ਕੇ ਤਾਂ ਆਇਆ ਪੂਆ ਗਵਾਂਢੀ ਇੰਨਾ ਕੁਛ ਥੋੜੀ ਕਰ ਦਿੰਦੇ ਜਿਹੜਾ ਕਰਦਾ ਹਾਂ ਪੂਰਾ ਤਾਂ ਏਡਾ ਏਡਾ ਗਿਟ ਗਿਟ ਚੜਿਆ ਪਿਆ ਉਧ ਕਾਣੋਂ ਸੰਪਰਕ ਸੰਪਰਕ ਕੇ ਜਾਂਦੇ ਆਗੇ ਬੁਰਾ ਹਾਲ ਹੋਇਆ ਪਿਆ ਕਰਦਾ ਉਹ ਤਾਂ ਤੈਨੂੰ ਵੀ ਪਤਾਗਾ ਮੈਂ ਜਾ ਕੇ ਆਇਆ ਉੱਥੇ ਪਹਿਲਾਂ ਆਇਆ ਤਾਂ ਮੈਂ ਛੋਡੇ ਕੋਲੀ ਸੀ ਉਹ ਤਾਂ ਮੈਨੂੰ ਹਰਦੀਪਦੀ ਕੁੜੀ ਨੇ ਦੱਸਿਆ ਵੀ ਉੱਥੇ ਗਿਆ ਫਿਰ ਮੈਂ ਇੱਧਰ ਨੂੰ ਆ ਗਿਆ ਠੀਕ ਆ ਤੂੰ ਪਹਿਲਾਂ ਸਾਡੇ ਨਾਲੇ ਗਿਆ ਸੀ ਹਾਂ ਮੈਂ ਤਾਂ ਉਧਰ ਹੀ ਸੀਗਾ ਮਿਲਣਾ ਠੀਕ ਆ ਹਾਂ ਫਿਰ ਤੈਨੂੰ ਕਿਹਨੇ ਦੱਸਿਆ ਵੀ ਉੱਥੇ ਆ ਗਿਆ ਉਹ ਹਰਦੀਪਦੀ ਕੁੜੀ ਬੈਠੀ ਸੀ ਉੱਥੇ ਵਿਚਾਰੀ ਹਾਂ ਅਸੀਂ ਭਾਈ ਉਹਨੂੰ ਟਟ ਕੇ ਫੋਨ ਲਾਇਆ ਸੀਗਾ ਹਾਂ ਉਧਰੋਂ ਤਾਂ ਉਹ ਕੈਨੇਡਾ ਵਾਲੇ ਉਹ ਵੀ ਕੰਡਮ ਹੋਈ ਪੀ ਹੈਗੀ ਠੀਕ ਆ ਹਾਂ ਲਾਪਣੇ ਪਰੇ ਤੋ ਉੱਥੋਂ ਆਇਆਗਾ ਸਾਡੇ ਘਰ ਹਾਂ ਫੇਰ ਆਖੀ ਤਾਂ ਜਾਂਦਾ ਨਾ ਹੋਰ ਇੱਕ ਤਾਂ ਗਾਲੀਆਂ ਪੀਤਾਂ ਚ ਘਰ ਪਾ ਆਇਆ ਮਾਸਾ ਪਹੁੰਚਿਆ ਸੀ ਉੱਥੇ ਮਾਸਾ ਫੇਰ ਤੁਰ ਗਿਆ ਇੰਨੀ ਦੂਰ ਔਖਾ ਹੋ ਜਾਂਦਾ ਪੁੱਤ ਜਾਣਾ ਉਹ ਉਥੇ ਇੱਕ ਕੁਛ ਜਾਂਦਾ ਨਹੀਂ ਗਾ ਨਹੀਂ ਅਗਲਾ ਚੜਕੇ ਭੱਗ ਜੇ ਹੋਰ ਭੂਆ ਤੁਸੀਂ ਤਾਂ ਜਮੀ ਨਹੀਂ ਦੇਖਦੇ ਨਾਲੇ ਛੋਟਾ ਪਹੀ ਪੂਹੀ ਵੀ ਐ ਹੋਈ ਪੀਗੀ ਜਿਵੇਂ ਕੋਈ ਆਉਂਦੀ ਨਹੀਂ ਹੁੰਦਾ ਇਧਰ ਫੇਰ ਉਹ ਸਾਡਾ ਕੱਲਾ ਘਰ ਰਹਿ ਗਿਆ ਨਾ ਪੁੱਤ ਉਧਰ ਕੱਲਾ ਦਾ ਹੈਗਾ ਫੇਰ ਵੀ ਤੁਸੀਂ ਮਾੜਾ ਮੋਟਾ ਸਮਾਰ ਕੇ ਰੱਖਿਆ ਕਰੋ ਨਲੇ ਹੁਣ ਇੰਨੇ ਦਿਨ ਨਾ ਲਾਓ ਇੱਥੇ ਘਰ ਸੰਭਾਲੋ ਜਾ ਕੇ ਆਉਨਾ ਨਾ ਭਈ ਹੁਣ ਇੰਨੇ 10 ਦਿਨ ਤਾਂ ਹੋਇਆ ਫੇਰ ਵੀ ਆਪਦਾ ਘਰ ਤਾਂ ਆਪਦੀ ਹੁੰਦਾ ਚੱਲ ਕੋਈ ਨਹੀਂ ਭਾਈ ਵਗ ਜਾਂਗੇ ਹਜੇ ਇਸ ਤਰ੍ਹਾਂ ਰਹਾਂਗੇ ਮਹੀਨਾ ਇੱਕ ਹੋਰ ਲਾ ਕੇ ਜਾਵੂਗਾ ਆਹ ਬਸ ਤਾਂ ਉਹ ਤੋਂ ਵੇਚ ਵੱਟ ਕੀ ਆ ਜਾਣਾ ਫਿਰ ਇੱਥੇ ਹੀ ਰਹਿਣ ਲੱਗ ਜਾਓ ਚੱਲ ਕੋਈ ਨਹੀਂ ਭਾਈ ਵੇਚ ਵੱਟ ਕੇ ਤਾਂ ਘਾਟੋ ਆ ਜੀਏ ਸਾਡਾ ਨਾ ਤਾਂ ਹੁਣ ਉਹ ਮੁੰਡੇ ਦਾ ਜਿਲਾ ਦਾ ਜਿੱਸੇ ਦਾ ਇਹ ਚੱਲ ਇੱਥੇ ਪਾਲੀ ਨਾ ਰੌਲ ਗੋਲ ਕਰਦਾ ਜਿੱਸੇ ਦਾ ਜਿਗਣ ਨੂੰ ਦੱਸੋ ਕੀ ਜਵਾਬ ਕਰਗਾ ਦੱਸ ਤੇਰਾ ਕੋਈ ਨਹੀਂ ਦਾ ਸਿਆਣਾ ਵੈਣਾ ਪਿਆ ਉਹ ਨਾਲ ਹੋਇਆ ਪੈਗਾ ਹੁਣ ਨਾ ਦੋਨੇ ਰੰਗ ਜਾਂਦੀ ਨਹੀਂ ਮੰਡੀ ਹਾਂ ਤੇ ਘੇਰੇ ਘੂਰੇ ਦੇਖੇ ਉਹ ਤੇ ਕੋਈ ਮਾਨਾ ਮੋਟਾ ਸਮਾਨ ਲੈਣਾ ਹੁੰਦਾ ਤੇ ਕੁਝ ਸਾਨੂੰ ਲੈ ਆਉਂ ਇਹ ਆ ਜਾਂਦੇ ਨੇ ਕਣਕ ਹੁਣ ਦੁੱਧ ਦੇ ਤੇ ਆਈ ਪੀ ਉਹ ਪਿਛਕੀ ਜਾਂਦੇ ਉਹਦੇ ਦਾਣੇ ਉਹ ਫਿਰ ਇਹਨਾਂ ਨੂੰ ਕੀ ਖਾਣ ਨੂੰ ਮਿਲੂਗਾ ਹੁਣ ਤਾਂ ਚਲ ਬੈਠੇ ਨੇ ਇਹ ਤੇ ਨਾ ਲੱਗਿਆ ਇਹ ਗੱਲ ਤਾਂ ਮੰਨੀ ਭਾਈ ਤੇਰੀ ਤੇ ਹੁਣ ਸਪ੍ਰੇਹਾਂ ਦਾ ਮੌਕਾ ਹੈ ਨਾ ਸਪ੍ਰੇਹਾਂ ਸਪਰੂਹਾਂ ਨਾਲ ਹੁਣ ਸੌ ਕੋਈ ਬਿਮਾਰੀ ਪੈਂਦੀ ਹੈ ਕੀ ਮੌਸਮ ਬੇਕਾਰ ਹੋਇਆ ਪੈਗਾ ਹਾਂ ਇਹ ਗੱਲ ਮੰਨੀ ਉਹ ਤਾਂ ਅਸੀਂ ਉਹ ਬਿੜੀ ਕਰੀਏ ਉਹ ਮੁੰਡੇ ਦਾ ਤੇ ਉਹ ਕਹਿੰਦਾ ਸੀ ਵੀ ਮੈਂ ਆਪੇ ਸੰਭਲੂਗਾ ਤੁਸੀਂ ਨਾ ਆਪਦੇ ਮਰੇ ਬਿਨਾ ਕਾਹਨੂੰ ਪੂਰੀ ਪੈਂਦੀ ਯਾਰ ਬੂਆ ਚਲ ਕੋਈ ਨਹੀਂ ਭਾਈ ਉਹ ਛੱਪੀ ਜਾਂਦਾਗਾ ਹਾਂ ਉਹ ਮੁੰਡਾ ਜਿਹੜਾ ਕਿਹਾ ਸਮਝ ਜਾਂਦਾ ਵਦਗਾ ਤਾਂ ਸੋਨੂ ਵੀ ਬਸ ਉਹ ਹੋਇਆ ਪਿਆ ਬੂਆ ਤੇ ਆਈ ਬੱਟੀ ਚਰਮ ਕਰ ਸੋਡਾ ਦਾ ਦੁੱਖ ਫੇਰ ਵੀ ਮੈਨੂੰ ਆਪ ਨੂੰ ਲੱਗਿਆ ਵੀ ਐ ਹੋਇਆ ਪਿਆਗਾ ਚਲ ਕੋਈ ਨਹੀਂ ਭਾਈ ਜਾ ਕੇ ਕਰ ਲਾਂਗੇ ਸੀ ਹੋਰ ਟਾਈਮ ਹੋਵੇ ਤਾਂ ਮੈਂ ਨੂੰ ਮੈਨੂੰ ਤਾਂ ਬਸ 15 ਕਿ ਮਿੰਟ ਹੋਏ ਨੇ ਆਏ ਨੂੰ ਤਾਂ ਅੱਛਾ ਆ ਪੀ ਲੀ ਚਾਹ ਪਾਣੀ ਚਾਹ ਤਾਂ ਨਹੀਂ ਪੀਤਾ ਵਾ ਆਪੀ ਨੇ ਪਾਣੀ ਫੜਾਤਾ ਸੀ ਚਾਹ ਬਣਾਈ ਜਾਂਦੀ ਆ ਉਹ ਅੱਛਾ ਬਣਾਈ ਜਾਂਦੇ ਹੈ ਹਾਂ ਚਲ ਮੈਂ ਨੂੰ ਗੋਲ ਮਾਰਨੀ ਹੈਗੀ ਬੜਾ ਰਣਦੀਪ ਆ ਕਣ ਕੀ ਕਰੀ ਜਾਂਦੀ ਐਲਾ

ਕਸੀ ਚੌਲਾ ਨਾਲ ਤੇ ਤੇਰੀ ਜਿਆਦਾ ਦੀ ਆਣੀ ਬਣੂਗਾ ਨਹੀਂ ਮੈਂ ਤਾਂ ਖਾਕੂ ਲੈਣੀ ਹੁੰਨੇ ਚੌੜ ਚੂੜਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਨਹੀਂ ਨਾ ਵਿਖਵਾਵੇਂਗੀ ਸੰਦੀਪ ਪਰ ਗੁਰ ਸੰਦੀਪ ਨੇ ਵੀ ਤੜਕੇ ਦੀ ਰੋਟੀ ਖਾਦੀ ਹੋਊਗੀ ਨਾਲ ਭੋਰਾ ਇਹ ਖਾ ਲੂਗਾ ਤੇ ਉਹ ਜੱਸਾ ਵੀ ਆਊਗਾ ਹੋਰ ਨਾਲ ਹੁਣ ਜੱਸੇ ਨਹੀਂ ਆਉਣਾ ਉਹ ਖਾ ਲੂ ਤੜਕੇ ਦੇ ਮੰਡੀ ਗਏ ਤੜਕੇ ਦੋ ਦੋ ਪਰੌਤੇ ਖਾ ਗਏ ਉਹ ਉਹਨਾਂ ਨਾਲ ਕੀ ਹੁੰਦਾ ਗੱਡੇ ਗੱਬਰ ਨੂੰ ਚਲ ਠੀਕ ਆ ਬਸ ਕੋਈ ਨਾ ਬਣਾਵਾਂ ਨੀ ਹੋਰ ਬਣਾ ਲੈ ਨਮਕੀਨ ਜੋ ਬਦਕਾ ਜਿਹਾ ਬਣਾ ਲਈ ਹੋਰ ਹੁਕਮ ਤਾਂ ਉਹ ਵੀ ਦੱਸ ਦੋ ਨਾ ਹੋਰ ਤਾਂ ਚਲ ਕੋਈ ਨਹੀਂ ਹੁਕਮ ਨੂੰ ਤਕੀਰ ਚੌਲੀ ਬਣਾ ਲੈ ਆਥ ਨੇ ਦੇਖਾਂਗਾ ਫਿਰ ਨਾਲ ਸੰਦੀਪ ਆਇਆਗਾ ਕੋਈ ਨਹੀਂ ਆਥ ਨੇ ਬਣਾ ਲਾਂਗੇ ਜੇ ਕੋਈ ਚੀਜ਼ ਬਣਾਉਣੀ ਹੋ ਕਿਹ ਚ ਨਹੀਂ ਚੰਦੀਪਾ ਨਾ ਨਾ ਬੁਆ ਆਏ ਦਾ ਕੋਈ ਨਾ ਇਹਨੂੰ ਵੀ ਵਿਚਾਰੀ ਨੂੰ ਕੱਲੀ ਨੂੰ ਬਾਣੂ ਤੰਗ ਕਰਦਾ ਨਾਲ ਕੱਲੀ ਨੂੰ ਕੀ ਹੁੰਦਾਗਾ ਕੋਈ ਉਹ ਗੱਲ ਦੂਜੇ ਮਾਲ ਪਾਸੋਂ ਜਬ ਸਾਹਮਣੇ ਦੇ ਦੂਜੇ ਆ ਮਾਲ ਮੋੜੇ ਚਿੱਲੇ ਦਾਗਾ ਸਤੇ ਔਖੀ ਹੋਈ ਰਹਿੰਦੀ ਐ ਤਾਂ ਉਹ ਔਖੀ ਦਾ ਫਿਰ ਸਾਰਾ ਦਿਨ ਬੰਦਾ ਕੰਮ ਕਰਦਾ ਰਹਿੰਦਾ ਥੱਕ-ਤੁੱਕ ਜਾਂਦਾਗਾ ਥੱਕ ਕਾਹਦੇ ਨਾ ਜਾਂਦੀ ਮਸ਼ੀਨ ਚ ਤਾਂ ਪੈਲੀਆਂ ਦੇ ਪਾਉਨੇ ਆਗੇ ਹਾਂ ਤੇ ਦੇਖਣਾ ਰੋਟੀ ਹੈਗੀ ਕੱਲ ਦੀ ਸਾਡੀ ਤਿੰਨ ਚਾਰ ਜਣਾਂ ਦੀ ਉਸਦੇ ਅਸੀਂ ਪਾਹਾ ਵੜ ਦਿੰਦੀ ਹੈਗੀ ਉਹ ਚਲ ਖੇਤ ਚਲਦਾ ਫੇਰ ਵੀ ਹੁੰਦੀ ਹੂ ਯਾਰ ਗੱਲ ਨਹੀਂ ਲਾਈ ਨਾ ਕਰਾਂ ਹਾਂ ਬੂਆ ਤੇ ਅੱਗੇ ਅਸੀਂ ਬੁੜੀਆਂ ਹੁੰਦੀਆਂ ਸੀ ਜਿਹੜੀਆਂ ਹੱਥਾਂ ਨਾਲ ਕੱਪੜੇ ਤੁੰਨ ਹੂੰ ਹੂੰ ਤੇ ਨਾਲ ਮੇ ਚੁਪਣ ਜਾਂਦੀਆਂ ਉਹ ਹੁਣ ਉਹ ਗੱਲਾਂ ਵੀ ਕਾਣੂ ਰਹੀਆਂ ਬੂਆ ਹੁਣ ਤਾਂ ਖਰਾਕਾਂ ਵੀ ਨਹੀਂ ਹੋ ਰਹੀਆਂ ਤੇ ਹੁਣ ਆਈਆਂ ਬਸ ਘਰੇ ਘਰੇ ਕੰਮ ਕਰਕੇ ਤਾਂ ਹੋਰ ਸਰੀਰ ਕੋੜੀ ਹੋ ਗਿਆ ਹਰੇਕ ਦੀ ਕੋੜੀ ਹੋ ਗਿਆ ਹੁਣ ਆ ਮੋਟਰ ਲੱਗੀ ਆ ਪਾਏ ਪਛੱਡ ਲੈਂਦੀ ਹੈਗੀ ਸੁੱਚੀ ਨੱਪਣੀ ਆ ਬਾਪ ਛੱਡ ਕੇ ਭਾਂਡਾਂ ਤੇ ਮਾਰ ਕੇ ਚੱਲੋ ਸਰਫ ਮਾਰ ਕੇ ਭਾਂਡੇ ਦੋ ਜਿੰਨੇ ਨਕ ਨਕ ਟੈਮ ਲਾਦਾ ਅਗਰ ਇੱਤਿਆਂ ਨਾ ਬਾਜਦਾ ਬੁੜਗਾ ਭਾਂਡੇ ਨਕ ਤੇ ਹੁਣ ਸਰਵਾ ਪੈ ਗਿਆ ਨਾ ਹੁਣ ਜਹੇ ਜਹ ਹੁਣ ਚੱਲੀ ਜਾਂਦਾ ਕੰਮ ਉਹ ਜੇ ਕੋੜੀ ਹੋਈ ਜਾਂਦੇ ਲੋਕ ਨਕ ਤਾਂ ਪਾਣੀ ਭਰਦੀਆਂ ਪੁੱਤ ਨਕ ਤਾਂ ਪਾ ਦਗਾ ਸੁਣਗਾ ਪਾਣੀ ਫੇਰ ਪਤਾ ਮੈਨੂੰ ਦੂਰੋਂ ਲੈ ਕੇ ਆਏ ਸੀ ਨਲਖਿਆਂ ਤੋਂ ਮਗਰ ਦੇਖ ਰੋਟੀ ਲੈ ਕੇ ਜਾਂਦੇਗਾ ਬੁੜਗਾ ਇੱਕ ਘਰ ਦੇ ਨਾਲ ਕਾ ਹੁੰਦਾ ਸੀ ਹਾਂ ਤੌੜਿਆ ਨਾ ਪਾਣੀ ਭਰਦਗਾ ਸੋਲ ਬੁੜਗਾ ਦੇਖ ਤੇ ਹੁਣ ਕੀ ਇਹਨਾਂ ਨੂੰ ਦਿੱਕਤ ਤੇ ਤੂੰ ਹੀ ਔਖਾ ਹੋਗਾ ਰਹਿੰਦਗਾ ਮੜੇ ਮੜੇ ਕੰਮਾਂ ਤੇ ਚਲ ਹੁਣ ਤਾਂ ਫਿਰ ਹੁਣ ਜੇਦੋਂ ਦੁਨੀਆ ਇਹੋ ਜੀ ਹੋਈ ਪਈ ਆਗੀ ਨਹੀਂ ਵਿੱਚ ਸੁਭਾਅ ਵੀ ਹੁੰਦੇ ਆਗੇ ਬਿਥੇਰਾ ਕਰਦੇ ਜਿਹੜੀਆਂ ਕੰਮ ਧੰਦੇ ਕਰਦੀਆਂ ਗੋਲੀਆਂ ਕੱਤਰੀਆਂ 12 ਨਹੀਂ ਆਉਣ ਦਿੰਦੀਆਂ ਕੰਮਾਂ ਧੰਦਾਂ ਇਹ ਥੋੜਾ ਜਿਹਾ ਕਿਤਾ ਪਾਣ ਨੇ ਮੂਰੇ ਬੋਲਣ ਲਾ ਲਈ ਅੱਛਾ ਮੂਰੇ ਵੱਧ ਬੋਲਦੀ ਆ ਚਲ ਕੋਈ ਨਾ ਇਹ ਤਾਂ ਮੈਂ ਵੀ ਕਹਿ ਦੂਗਾ ਮੂਰੇ ਦਾ ਬੋਲਣੋਂ ਨਾ ਹਟਾ ਦਾਂਗੇ ਕੋਈ ਇਹ ਤਾਂ ਮਾੜਾ ਜਿਹਾ ਹੁਣ ਜੇ ਕਾਇਸਨ ਹੋ ਗੇ ਮੈਨੂੰ ਅੱਜ ਨੂੰ ਮਾੜਾ ਜਿਹਾ ਹੁਣ ਚੀ ਪਈ ਆਗੀ ਇਹਨ ਤਾਂ ਵਿਚਾਰੀ ਨੂੰ ਉਹੀ ਗੱਲ ਮਾਹੌਲ ਬੋਲਦੀ ਨਹੀਂ ਜੀ ਅੱਛਾ ਹੋਰ ਵੱਧ ਬੋਲਦੀ ਭਾਈ ਥੋੜਾ ਜਾ ਮੈਂ ਜ ਮਤਲਬ ਬਦਗਾ ਫਰਕ ਕੀ ਹੈ ਅਜਾ ਕੀ ਪਤਾ ਹੁੰਦਾ 부ਆ ਕੀ ਪਤਾ ਕਹੇ ਜੀ ਆਉਗੀ ਹੁਣ ਆਪਾਂ ਨੂੰ ਤਾਂ ਕੀ ਪਤਾ ਉਹ ਤਾਂ ਬਾਹ ਪਏ ਤੋਂ ਹੀ ਪਤਾ ਲੱਗਦਾ ਜਾਂ ਰਾਹ ਪਏ ਤੋਂ ਜਾਣਦਾ ਕਰਨਾ ਨਹੀਂ ਭਾਈ ਆਪਾਂ ਦੇਖਣ ਪਹਲਣ ਦਾ ਵੀ ਹੁੰਦਾ ਫਰਕ ਇਹਨਾਂ ਦਾ ਸਹੀ ਜਣ ਸਗਣ ਪਤਾ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ ਮਤਲਬ ਉਹ ਨਹੀਂ ਸਹੀ ਜਿਨ ਚੁੱਲੇ ਤੇ ਜਾਣ ਦਿੰਦੀ ਐਂ ਤਾਂ ਹੁਣ ਕੌਣ ਵਿੱਚ ਵੜ ਕੇ 부ਆ ਨੂੰ ਵੀ ਕਿਹੜਾ ਪਤਾ ਹੁੰਦਾ ਕਿਸੇ ਦੇ ਸੁਆ ਦਾ ਹੁਣ ਜੇ ਮੈਂ ਤਾਂ ਮੈਨੂੰ ਤਾਂ ਕੋਈ ਇਹੋ ਜੀ ਗੱਲ ਲੱਗਦੀ ਨਹੀਂ ਮੈਂ ਤਾਂ ਵਧੀਆ ਬਣਾਉਂਦੀ ਚਲਾਉਂਦੀ ਆ ਭਾਬੀ ਐਂ ਤਾਂ ਵਧੀਆ ਉਹ ਕਰਦੀ ਹੈਗੀ ਉਤੋਂ ਹੀ ਮਿੱਠੀ ਹੈਗੀ ਇਹ ਵਿੱਚ ਤਾਂ ਬਿਓ ਦੀ ਗੰਦਲ ਆ ਗਈ ਅੱਛਾ ਮੈਨੂੰ ਪਤਾ ਹੁਣ ਮੈਂ 10 ਦਿਨ ਹੋ ਗਏ ਇੱਥੇ ਬੈਠੀ ਨੂੰ ਮੈਨੂੰ ਪਤਾ ਆਏ ਕਰ ਪਾਸੇ ਨਹੀਂ ਚਾਕਦੀ ਤੁਰੀ ਫਿਰਦੀ ਆ ਉਹ ਕੁਸਤਾ ਭੂ ਅੱਜ ਕੱਲ ਨਾ ਹੁਣ ਐ ਵੀ ਹੋ ਰਿਹਾ ਕਿ ਪਹਿਲਾਂ ਤਾਂ ਅਗਲਾ ਚੱਲ ਚੁੱਲ ਲੈਂਦਾ ਸੀਗਾ ਰਿਸ਼ਤੇ ਰੁਸਤੇਦਾਰ ਨੂੰ ਹੁਣ ਇੰਨੇ ਦਿਨ ਅਗਲਾ ਚੱਲਦਾ ਨਹੀਂ ਹੈਗਾ ਬੈਠੇ ਨੂੰ ਹੈ ਹਾਂ ਹੁਣ ਹਰੇਕ ਦਾ ਦੋ ਅੱਡ ਸਾਰਿਆਂ ਦੀ ਆਪੋ ਆਪਦੀ ਕਬੀਲਦਾਰੀ ਹੈਗੀ ਉਹ ਨਾ ਚੱਲੇ ਮੇਰੀ ਤਾਂ ਭੈਣ ਬੈਠੀ ਆ ਹਜੇ ਚੱਲਣ ਵਾਲੀ ਹਾਂ ਹਾਂ ਭੈਣ ਤਾਂ ਬੈਠੀ ਆ ਤਾਂ ਹੀ ਤਾਂ ਇਹਦੇ ਚੱਲਣ ਵਾਲੀ ਬੈਠੀ ਆ ਫਿਰ 5 ਕਿੱਲੇ ਨੂੰ ਬਾਣ ਦੇ ਆਉਂਦੇ ਆਗੇ ਇਹ ਕੋਈ ਐਵੇਂ ਥੋੜਾ ਖਵਾਉਂਦੀ ਆ ਮੈਨੂੰ ਉਹ ਤਾਂ ਗੱਲ ਤੇਰੀ ਠੀਕ ਆ ਮੈਂ ਮਾਰ ਦਿੱਤਾਂ ਨੇ ਮੈਨੇ ਜਿਆ ਆਇਆ ਬਾਗਾ ਹੈਗੇ ਪੰਜ ਕਿੱਲੇ ਪੰਜ ਕਿੱਲੇ ਤਾਂ ਹੈਗੇ ਆ ਤੁਸੀਂ ਵੀ ਵੜਾ ਦੇਖੋ ਜਾ ਕੇ ਉਹ ਕਣਕ ਜਾਵਾ ਸੁੱਕੀ ਜਾਂਦੀ ਆ ਕੋਈ ਨਹੀਂ ਭਾਈ ਦੇਖ ਲਾਂਗੇ ਕਣਕ ਤਾਂ ਤੁਸੀਂ ਮੈਂ ਉਹਨੂੰ ਵੀ ਕਹਿਣਾ ਮੈਂ ਕੋਈ ਨਹੀਂ ਹਜੇ ਤਾਂ ਸੇ ਜਾ ਰਹਾਂਗੇ ਜਿਸ ਸੇ ਨੁੱਕੀ ਕਹਿਣਾਗਾ ਮੈਨੂੰ ਪਤਾ ਨਾ ਨਹੀਂ ਨਹੀਂ ਪਰ ਜਾਂ ਠੇਕੇ ਦੇ ਦੇ ਦਿਆ ਕਰੋ ਬਾਣ ਕਰ ਜਦੋਂ ਨਹੀਂ ਕਰਨਾ ਦਾ ਮੈਂ ਫੋਨ ਕਰ ਦੂਗਾ ਜੱਸਾ ਹੋਰ ਫੋਨ ਕਰ ਦੂ ਜੱਸਾ ਸਰਦੀ ਪਕੇ ਨੂੰ ਨਾ ਤਾਂ ਪਾਣੀ ਲਾ ਦੇਣਗੇ ਤੇ ਨਾਲ ਇਹੋ ਸਪਰੇਅ ਕਰ ਦੇਣਗੇ ਆਹੋ ਉਸ ਦਿਨ ਆ ਵੀ ਕਰ ਦੇਣਾ ਕਿ ਕਿਸੇ ਨੂੰ ਆਉਣ ਵਾਲੇ ਕਿ ਬਸ ਕੋਈ ਨਾ ਕੋਈ ਮਾੜਾ ਮੋਟਾ ਜਿਹੜਾ ਕੋਈ ਰਹਿੰਦਾ ਹੋਊਗਾ ਤੇ ਜੱਸੇ ਨੂੰ ਕਹੀ ਕੇ ਤੇ ਮੋ ਕਹਿੰਦੇ ਗੋਣ ਵੀ ਭਾਈ ਫੋਨ ਕਰਕੇ ਉਹਨੂੰ ਕਹਿੰਦੇ ਮਾੜੇ ਮੋਟੇ ਜੇ ਕਿਸਪਰੇਅ ਦੀ ਲੋੜ ਆ ਜਾਂ ਕੋਈ ਹੋਰ ਲੋੜ ਆਗੀ ਵੀ ਉਹ ਕਰ ਦੂਗਾ ਹੁਣ ਅਸੀਂ ਮਾ ਪੁੱਤ ਆਪਦਾ ਡੀੜਾ ਕੱਪੜਾ ਲੈ ਆਏ ਹੁਣ ਐਂ ਡਿਪੰਡ ਤੇ ਹੁਣ ਅਸੀਂ ਕਿਉਂ ਰੋਈਏ ਡੀੜਾ ਕੱਪੜਾ ਲੈ ਆਏ ਹੁਣ ਜੇ ਇਹ ਕਰਾਉ ਉਹਨਾਂ ਨਾਲ ਫੇਰ ਹੀ ਵੀੜੀਆਂ ਉਂ ਕਾਦੀ ਵੀੜੀਆਂ ਹੁੰਦੀ ਆ ਚਲ ਕੋਈ ਗੱਲ ਹੋਈ ਸੀ ਸਾਡੀ ਠੇਕ ਆ ਜਦੋਂ ਅਸੀਂ ਉਧਰ ਉਧਰ ਹੋ ਕੀਤਾ ਲੋਕ ਹਰ ਸੀ ਗੱਲ ਕਰੀ ਸੋਨਣਾ ਵੀ ਭਾਈ ਸਾਣ ਤਾਂ ਮਹੀਨਾ ਵੀ ਕਿਤੇ ਲੱਗ ਸਕਦਾ ਅਗਰ 2 ਵੀ ਲੱਗ ਸਕ ਹੁਣ ਤੁਸੀਂ ਘਰ ਕੋਲ ਕੰਨੀ ਵੀ ਖਿਆਲ ਕਰੋ ਐ ਤਾਂ ਹੁਣ ਜੱਸੇ ਦਾ ਵਿਆਹ ਕਰਨਾ ਹੈ ਉਹ ਸਮਰ ਸਮਰਈਆ ਕਰੋ ਐ ਤਾਂ ਫਿਰ ਕਿਸੇ ਨੇ ਕੁੜੀ ਦੇਣੀ ਨਹੀਂ ਉਹ ਬਤੂਆ ਨਾਲੇ ਕਹਿਣੀ ਆ ਮੈਂ ਐ ਲੈ ਕਿਉਂ ਕੁੜੀ ਫੇਰ ਹੀ ਦਊਗਾ ਕੋਈ ਕੋਈ ਨਹੀਂ ਕੁੜੀ ਤਾਂ ਮੈਂ ਲਿਆਉਂਗਾ ਉਹਦੇ ਪਸੰਦ ਦੀ ਭਾਈ ਲੈ ਕਦੇ ਚੌਲ ਬਣਾ ਲਾ ਕਦੇ ਦੁੱਧ ਚ ਪੱਤੀਆਂ ਪਾ ਲਾ ਆ 10 ਕਿਲੋ ਦੁੱਧ ਪਾਉਂਦੇ ਸੀਗੇ ਡੈਰੀ ਚ ਆ ਜਿਹੜਾ ਹੁਣ ਵਿਚਾਰਾ 3-4 ਕਿਲੋ ਪੈਂਦਾਗਾ ਅਗਲਾ ਆਪਦਾ ਟਾਈਮ ਪਾਸ ਕਰਦਾ ਸੀਗਾ ਇਹਨੂੰ ਤਾਂ ਨਾ ਮੈਂ ਅੱਜ ਇਹੇ ਜੇ ਚੌਲ ਤੇ ਦੁੱਧ ਚ ਪੱਤੀ ਪਾ ਕੇ ਪਿਉਂ ਜਿਹੜਾ ساری ਉਮਰ ਯਾਦ ਰੱਖੂਗੀ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸਾਡੇ ਸਿੱਧੂ ਪੰਜਾਬ ਟੀਵੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਾਂਜੀ ਹੁਣ ਅਸੀਂ ਸਾਡੇ ਪਹਿਲੇ ਵੀਡੀਓ ਤੇ ਇੱਕ ਮੈਚ ਦੇ ਨਾਮ ਬੋਲਣ ਜਾ ਰਹੇ ਹਾਂ ਲਾਪ੍ਰਿਤ ਸਿੰਘ ਅਰਮਾਨ ਸਿੰਘ ਦਲਜੀਤ ਕੌਰ ਸ਼ੈਨਾ ਯੂਐਸਏ ਤੋਂ ਚਰਨਜੀਤ ਗਿੱਲ ਕਰਨ ਸਿੰਘ ਸੁਖਵਿੰਦਰ ਸਿੰਘ ਸੱਭੂ ਐਂਡ ਵੀਰ ਤੋਂ ਪੰਜਾਬ ਹਰਪ੍ਰੀਤ ਸਮਰਾ ਅਕਾਸ਼ ਸਿੱਧੂ TJ Pro Gaming ਦਾ ਬ੍ਰਾਂਡ ਕਸ਼ਦੀਪ ਸਿੰਘ ਔਜਲਾ ਬੱਗਾ ਸਿੰਘ ਰਿਤ ਸਿੰਘ ਗੁਰਸ਼ਾਨ ਹੈਪੀ ਜੋਸ਼ੀ ਅਮਨਦੀਪ ਕੌਰ ਟੈਕਨੋ ਗੇਮਰ ਅਨੀਤਾ ਸੰਧਰ ਕਰਨ ਦਰਸ਼ਨ ਸਿੰਘ ਉੱਪਲ ਲਾਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਮਾਨ ਕੀ ਸਮਰਾਲਾ ਬੋਵੀ ਰਾਜ ਹਾਂਗਕਾਂਗ ਤੋਂ ਸ੍ਰਿੰਦਰ ਕੌਰ ਬਲਵਿੰਦਰ ਕੌਰ ਸਰਬਜੀਤ कौर ਜਸਪ੍ਰੀਤ कौर ਜਸਪ੍ਰੀਤ ਸੁੰਦਰਪਾਲ ਸਪ ਬਹੁਤੋਂ ਅਮਿਤਪਾਲ ਸਿੰਘ ਗੁਰਦੀਪ ਸਿੰਘ ਦੇ ਆਨੰਦ ਸੋਤ ਬੰਪ੍ਰੀਤ कौर ਹਾਂਜੀ ਇਹ ਸਾਨੂੰ ਸਾਡਾ ਪਹਿਲਾ ਵੀਡੀਓ ਤੇ ਕਮੈਂਟਸ ਦੇ ਨਾਮ ਨੇ ਅਗੇ ਤੋਂ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ ਤਾਂਉਣ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜਰੂਰ ਬੋਲਾਂਗੇ ਜੀ ਜਿਨ੍ਹਾਂ ਦੇ ਨਾਮ ਇਸ ਵੀਡੀਓ ਵਿੱਚ ਬੋਲਣ ਵਾਲੇ ਰਹਿ ਗਏ ਉਹਨਾਂ ਦੇ ਨਾਮ ਅਗਲੀ ਵੀਡੀਓ ਵਿੱਚ ਬੋਲਾਂਗੇ ਜੀ ਹਾਂਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਅੱਜ ਸਾਡੇ ਸਿੱਧੂ ਪ੍ਰਿਆਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਧੰਨਵਾਦ